ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਜੁਗ ਜੁਗ ਸਤਿਗੁਰ ਤਰੇ ਅਵਤਾਰੀ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਵਚਲ ਟਲ ਆਦਿ ਪੁਰਖ ਫਰਮਾਇਓ। ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਹੀ ਵਡਿਆਈ। ਮੈਂ ਨਹੀਂ ਕਹਿੰਦਾ, ਸਾਰੇ ਗੁਰੂ ਹੀ ਕਹਿੰਦੇ ਆ, ਬਾਣੀ ਕਹਿੰਦੀ ਹੈ ਕਿ ਗੁਰੂ ਨਾਨਕ ਤੋਂ ਸਵਾ ਕੁਝ ਨਹੀਂ। ਨਾਨਕ ਹੱਸੀ ਪੀ ਸੱਚ, ਆ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੱਸੀ ਪੀ ਸੱਚ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੀ, ਯੁਗ ਯੁਗ ਸਤਿਗੁਰ ਧਰੇ ਅਵਤਾਰੀ, ਸ੍ਰੀ ਗੁਰੂ ਰਾਜ ਅਵਚਲ ਟਲ ਆਦਿ ਪੁਰਖ ਫਰਮਾਇਓ। ਗੁਰੂ ਨਾਨਕ ਸਾਹਿਬ ਆਏ ਨੇ ਅਤੇ ਗੁਰੂ ਨਾਨਕ ਸਾਹਿਬ ਹੁਣ ਵੀ ਨੇ ਅਤੇ ਗੁਰੂ ਨਾਨਕ ਦੇਵ ਜੀ ਗਾਂਹ ਵੀ ਰਹਿਣਗੇ। ਪਿੱਛੇ ਵੀ ਸੀ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੱਸੀ ਪੀ ਸੱਚ। ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਨਿਸ਼ਾਨੀ ਕੀ ਹੈ? ਜਿੱਥੇ ਮੈਂ ਬੋਲੇਗੀ ਉੱਥੇ ਤੂੰ ਨਹੀਂ, ਜਿੱਥੇ ਤੂੰ ਹੈ ਉੱਥੇ ਮੈਂ ਨਹੀਂ। ਅਬ ਤੂੰ ਹੀ ਮੈਂ ਨਾ ਹੀ, ਇਸ ਘਰ ਦੇ ਵਿੱਚ ਗੁਰੂ ਨਾਨਕ ਦਾ ਨਾਮ ਬੋਲਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਮਾਇਆ ਹੋਇਆ ਹੈ, ਦਸੇ ਗੁਰੂ ਗੁਰੂ ਨਾਨਕ ਦਾ ਰੂਪ ਹੈ। ਸਾਰੇ ਮਹਾਂਪੁਰਸ਼ ਗੁਰੂ ਨਾਨਕ ਸਾਹਿਬ ਦਾ ਰੂਪ ਨੇ। ਆਪ ਨਿਰੰਕਾਰ ਧਰਤੀ 'ਤੇ ਆਇਆ ਹੈ। ਪੜ੍ਹ ਲਓ, ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਵਰ ਪ੍ਰਸਾਦਿ ਜਪ ਅਲ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ
ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਨਾਨਕ ਗੁਰੂ ਨਾਨਕ ਜੇ ਠਾਠ ਬਣਿਆ ਬਾਬਾ ਜੀ ਦੇ ਬੇਹੰਗਮ ਬਹੁਤ ਸੀ ਸੰਤ ਮਹਾਂਪੁਰਸ਼ ਸੇਵਾਦਾਰ ਬਹੁਤ ਸੀ ਸਭ ਤੋਂ ਜ਼ਿਆਦੀਆਂ ਇੱਟਾਂ ਬਾਬਾ ਕੁੰਦਨ ਸਿੰਘ ਦੇ ਹੱਥ ਦੀਆਂ ਲੱਗੀਆਂ ਹੋਈਆਂ ਬਾਬਾ ਜੀ ਦੱਸਦੇ ਸੀ ਮੈਂ ਇੰਨੀਆਂ ਇੱਟਾਂ ਚੱਕ ਕੇ ਲਿਜਾਂਦਾ ਸੀ ਉੱਪਰ ਤੱਕ ਇੱਕ ਮਾਈ ਦਾ ਨਾਂ ਲੈਂਦੇ ਸੀ ਉਹ ਮੇਰੇ ਤੋਂ ਵੱਧ ਲੈ ਜਾਂਦੀ ਸੀ ਕੌਂਕਿਆਂ ਦੀ ਸੀ ਸਾਰੀ ਉਦੋਂ ਬਜਰੀ ਮਸ਼ੀਨ ਨਹੀਂ ਲਾਉਂਦੀ ਸੀ ਬਾਬਾ ਜੀ ਨੇ ਕਹਿਣਾ ਮਿਸਤਰੀਆਂ ਨੂੰ ਕਿ ਤੁਸੀਂ ਸਾਰਾ ਸਮਾਨ ਮਿਣ ਕੇ ਇਕੱਠਾ ਕਰ ਦਿਆ ਜੀ ਕਿ ਕਿੰਨੀ ਰੇਤਾ ਕਿੰਨੀ ਪੇਟੀਆਂ ਬਣੀਆਂ ਹੁੰਦੀਆਂ ਸੀ ਕਿ ਤਿੰਨ ਪੇਟੀਆਂ ਬਜਰੀ ਦੀਆਂ ਪਾਉਣੀਆਂ ਦੋ ਰੇਤਾ ਦੀਆਂ ਪਾਉਣੀਆਂ ਇੱਕ ਪੇਟੀ ਸੀਮਟ ਦੀ ਉਹ ਚੱਕ ਕੇ ਗਾਹ ਕਰ ਲਈਦੀ ਸੀ ਫਿਰ ਭਰੀ ਜਾਈਦੀ ਸੀ ਜਾਂ ਬੱਠਲਾਂ ਦੀ ਗਿਣਤੀ ਸੀ ਮੈਂ ਗੁਰੂ ਸਾਹਿਬ ਦੀ ਸੇਵਾ ਕਰਕੇ ਆਵਾਂਗਾ ਤੁਹਾਡੀ ਸਾਰੀ ਬਜਰੀ ਰਲਾ ਦਿਆਂਗਾ ਬਾਬਾ ਜੀ ਨੇ ਆਉਣਾ ਭੱਜੇ ਭੱਜੇ ਕਹਿੰਦਾ ਵੀ ਮੈਂ ਗੁਰੂ ਸਾਹਿਬ ਦੀ ਸੇਵਾ ਕਰਕੇ ਆਵਾਂਗਾ ਸਾਰੀ ਬਜਰੀ ਰਲਾ ਦਿਆਂਗਾ ਮਿਸਤਰੀ ਦੱਸਦੇ ਨੇ ਜਿਹੜੇ ਸੇਵਾ ਕਰਦੇ ਸੀ ਬਦਨੀ ਦੇ ਸੀ ਹੋਰ ਕਈ ਸੀ ਸੰਤਾ ਸਿੰਘ ਸਾਡੇ ਕੋਲ ਬਹੁਤ ਚਿਰ ਰਿਹਾ ਲੁਧਿਆਣੇ ਜਿਹਨੇ ਠਾਠ ਨਾਲ ਬਣਾਇਆ ਹੋਰ ਮਿਸਤਰੀ ਜਿਹੜੇ ਵੀ ਸੇਵਾ ਕਰਦੇ ਸਾਰੇ ਦੱਸਦੇ ਸੀ ਕੁਝ ਮੋਗੇ ਦੇ ਸੀ ਕਹਿੰਦੇ ਫੁਰਤੀ ਬੜੀ ਸੀ ਬਾਬਾ ਜੀ ਦੀ ਕਹਿੰਦੇ ਦੌੜੇ ਫਿਰਦੇ ਨਾ ਸੇਵਾ 'ਚ ਦੌੜੇ ਫਿਰਦੇ ਸੀ ਨਾਨਕ ਸਰ ਬਾਬਾ ਜੀ ਨੂੰ ਬੜੇ ਸੀ ਜਿਹੜੇ ਬਾਬਾ ਜੀ ਦਾ ਚਾਹ ਠੰਡਾ ਪਾਉਣ ਵਾਲੇ ਪਰ ਉਹਨਾਂ ਦਾ ਚਾਹ ਇੰਨਾ ਸੀ ਉਹ ਠੰਡਾ ਪੈਂਦਾ ਨਹੀਂ ਸੀ ਭਗਤ ਕਰੇ ਆਤਮ ਕੇ ਚਾਹੇ ਸੇਵਾ ਕਰੇ ਚਾਹ ਦੇ ਨਾਲ ਸਾਰੀ ਸਾਰੀ ਬਜਰੀ ਲਾ ਦੇਣੀ ਮਿਸਤਰੀਆਂ ਨਾਲ ਪੂਰੀ ਸੇਵਾ ਕਰਨੀ ਫਿਰ ਗੁਰੂ ਸਾਹਿਬ ਦੀ ਸੇਵਾ ਕਰਨੀ ਕਥਾ ਕਰਨੀ ਬਾਬਾ ਜੀ ਤੋਂ ਬਾਅਦ ਕਿਉਂਕਿ ਬਾਬਾ ਜੀ ਸੰਨ 50 ਤੋਂ ਲੈ ਕੇ ਸੰਨ 63 ਤੱਕ 13 ਸਾਲ ਹੀ ਇੱਥੇ ਰਹੇ ਨੇ 7 ਸਾਲ ਬਾਬਾ ਜੀ ਰਹਿ ਚੋੜਨਾ ਬਾਬਾ ਜੀ ਦੱਸਦੇ ਮੇਰਾ ਡੰਡਾ ਜਿਹਾ ਕੁੜਤਾ ਹੁੰਦਾ ਸੀ ਉਸ ਸਮੇਂ ਬਾਬਾ ਕੁੰਦਨ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਦੀ ਹਜ਼ੂਰੀ ਸੇਵਾ ਕਰਦੇ ਸੀ ਬਾਬਾ ਸਾਧੂ ਸਿੰਘ ਜੀ ਇੱਥੇ ਆਏ ਸਨ ਬਾਬਾ ਜੀ ਦੇ ਕੋਲ ਝੋੜਾ ਨਹੀਂ ਰਹੇ ਸੀ ਕੁਝ ਸਮਾਂ ਵਿੱਚੋਂ ਜਿਵੇਂ ਹੁਕਮ ਸੀ ਬਾਬਾ ਜੀ ਦਾ ਉਵੇਂ ਬਿਤਾਇਆ ਬਾਬਾ ਨਰੈਣ ਸਿੰਘ ਜੀ ਵੀ ਇੱਥੇ ਬਾਬਾ ਜੀ ਕਹਿੰਦੇ ਮੈਂ ਸਰੋਵਰ 'ਤੇ ਕੱਪੜੇ ਧੋ ਰਿਹਾ ਸੀ ਜਦੋਂ ਬਾਬਾ ਨਰੈਣ ਸਿੰਘ ਜੀ ਆਏ
ਨਿਹੰਗ ਸਿੰਘ ਵਾਲਾ ਬਾਣਾ ਪਸੰਦ ਕਰਦੇ ਸੀ, ਬਾਬਾ ਜੀ ਦੇ ਘਰ ਦੇ ਸੀ ਮਹਾਂਪੁਰਸ਼ ਸਾਧੂ ਸਾਰੇ। ਜਿਵੇਂ ਜਿਵੇਂ ਸਮਾਂ ਸੀ ਬਾਬਾ ਜੀ ਨੂੰ ਮਿਲੇ, ਅੱਗੇ ਪਿੱਛੇ ਵੀ ਮੇਰੇ ਦਰਸ਼ਨ ਕਰਦੇ ਸੀ। ਬਾਬਾ ਜੀ ਇੱਕ ਘੰਟਾ ਗੁਰੂ ਸਾਹਿਬ ਦਾ ਨਿਤਨੇਮ ਕਰਿਆ ਕਰਦੇ ਸੀ ਬਾਬਾ ਈਸ਼ਰ ਸਿੰਘ ਜੀ। ਕਹਿੰਦੇ ਮੈਂ ਇੱਕ ਘੰਟੇ 'ਚ ਪਿੰਡ ਅਚਰਾਲ ਜਾਂ ਫਿਰ ਰਾਈਆਂ ਦਾ ਨਾਂ ਲੈਂਦੇ ਸੀ, ਜਾ ਕੇ ਮਾਈ ਨੂੰ ਕਿਹਾ ਸੀ ਤੂੰ ਸੇਵੀਆਂ ਬਣਾ ਕੇ ਰੱਖੀ ਅਤੇ ਮੈਂ ਖਾਣ ਆਵਾਂਗਾ। ਕਹਿੰਦੇ ਮੈਨੂੰ ਸੇਵੀਆਂ ਖਾਣ ਦਾ ਸ਼ੌਂਕ ਹੁੰਦਾ ਸੀ ਅਤੇ ਮਾਈ ਸੇਵੀਆਂ ਬਣਾ ਕੇ ਰੱਖਦੀ ਸੀ। ਬਾਬਾ ਜੀ ਨਿਤਨੇਮ 'ਚ ਬਹਿ ਜਾਂਦੀ ਸੀ ਅਤੇ ਮੈਂ ਇੱਕ ਘੰਟੇ 'ਚ ਦੌੜ ਲਾ ਕੇ ਅਚਰਾਲ ਜਾਂ ਫੇਰੂਰਾਈ ਪਿੰਡ ਦਾ ਨਾਂ ਲੈਂਦੇ ਸੀ, ਉਸ ਮਾਈ ਦੇ ਕੋਲੋਂ ਸੇਵੀਆਂ ਖਾ ਕੇ ਵਾਪਸ ਆ ਜਾਂਦੀ ਸੀ ਬਾਬਾ ਜੀ ਦੇ ਨਿਤਨੇਮ ਉੱਠਣ ਤੋਂ ਪਹਿਲਾਂ। ਲੰਗਰ ਤਿਆਰ ਕਰਦੇ ਸੀ ਬਾਬਾ ਜੀ ਦੀਆਂ ਸਬਜ਼ੀਆਂ। ਕਹਿੰਦੇ ਇੱਕ ਵਾਰੀ ਅੰਮ੍ਰਿਤਸਰ ਤੋਂ ਸੰਗਤ ਆਈ, ਬਾਬਾ ਜੀ ਕਹਿਣ ਲੱਗੇ ਵੀ ਕੁੰਦਨ 10 ਮਿੰਟਾਂ 'ਚ ਪ੍ਰਸ਼ਾਦਾ ਤਿਆਰ ਕਰਨਾ ਸੰਗਤ ਵਾਸਤੇ। ਜੈ ਰਾਮ ਸੁਣੀ ਉੱਥੇ ਰਿਹਾ ਕਰਦੇ ਸੀ ਬਾਬਾ ਜੀ ਕੋਲ ਸਾਡੇ ਉਸਤਾਦ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਜ, ਉਹ ਵੀ ਨਾਲ ਉੱਥੇ ਕੀਰਤਨ ਬਾਬਾ ਜੀ ਕੋਲ ਗਾਉਂਦੇ ਸੀ ਅਤੇ ਬਾਬਾ ਜੀ ਨੇ ਬੜੇ ਵਰ ਦਿੱਤੇ ਸੀ। ਫਿਰ ਵੱਡੇ ਵੱਡੇ ਰਾਗੀ ਉਹਨਾਂ ਦੇ ਗੰਧਰਵ ਉਹਨਾਂ ਦੇ ਸ਼ਗਿਰਦ ਸੀ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਜ ਦੇ। ਅੰਮ੍ਰਿਤਸਰੋਂ ਸੰਗਤ ਆਈ ਦਰਸ਼ਨਾਂ ਨੂੰ, ਬਾਬਾ ਜੀ ਕਹਿੰਦੇ ਪ੍ਰਸ਼ਾਦਾ ਛਕਾਉਣਾ ਹੈ ਅਤੇ ਕਹਿੰਦੇ 10 ਮਿੰਟਾਂ 'ਚ ਬਾਬਾ ਜੀ ਕਹਿੰਦੇ ਮੈਨੂੰ ਫਿਰ ਬਾਬਾ ਜੀ ਕਿਹਾ ਵੀ 10 ਮਿੰਟਾਂ 'ਚ ਆਲੂਆਂ ਦੀ ਸਬਜ਼ੀ ਬਣਨੀ ਚਾਹੀਦੀ ਅਤੇ ਮੈਂ 10 ਮਿੰਟਾਂ 'ਚ ਪ੍ਰਸ਼ਾਦੇ ਲਾ ਦਿਆਂਗਾ। ਬਾਬਾ ਈਸ਼ਰ ਸਿੰਘ ਜੀ ਕਹਿੰਦੇ, ਬਾਬਾ ਜੀ ਦੀ ਫੁਰਤੀ ਬੜੀ ਸੀ। ਬਾਬਾ ਆਨੰਦ ਸਿੰਘ ਮਹਾਰਾਜ ਨੂੰ ਜਿੱਥੇ ਨਹੀਂ ਵੀ ਪ੍ਰਬੰਧ ਹੁੰਦਾ ਸੀ ਬਾਬਾ ਈਸ਼ਰ ਸਿੰਘ ਜੀ ਪ੍ਰਸ਼ਾਦਾ ਛਕਾਉਂਦੇ ਸੀ। ਇੱਕ ਵਾਰੀ ਫੁਰਨਾ ਬਣ ਗਿਆ, ਬਾਬਾ ਜੀ ਦਾ ਕੋਈ ਸਾਧਨ ਨਹੀਂ ਸੀ, ਚੋਲਿਆਂ ਦੀਆਂ ਲੀਰਾਂ ਲਾ ਲਾ ਕੇ ਅੱਗ ਡਾਲੀ ਥੱਲੇ, ਉੱਤੇ ਜ਼ਿਮੀਂਦਾਰ ਤੋਂ ਫੜ ਕੇ ਕਈ ਰੱਖ ਲਈ ਅਤੇ ਆਟਾ ਹੈਗਾ ਹੀ ਸੀ, ਜੋੜੀ 'ਤੇ ਆਟਾ ਲੱਗਦਾ ਹੁੰਦਾ ਸੀ। ਰਾਗੀ ਸਿੰਘਾਂ ਕੋਲ ਆਟਾ ਹੁੰਦਾ ਸੀ ਕਿਲੋ ਅੱਧਾ ਕਿਲੋ। ਬਾਬਾ ਈਸ਼ਰ ਸਿੰਘ ਜੀ ਨੂੰ ਆਟਾ ਲੈ ਲਿਆ, ਥੋੜ੍ਹਾ ਪ੍ਰਸ਼ਾਦਾ ਛਕਦੇ ਸੀ ਨਿੱਕੇ ਨਿੱਕੇ, ਉੱਤੇ ਰੱਖ ਲਈ ਕਈ ਥੱਲੇ ਚੋਲਿਆਂ ਦੀਆਂ ਲੀਰਾਂ ਪਾ, ਆਪਦੇ ਚੋਲਿਆਂ ਦੀਆਂ ਲੀਰਾਂ ਪੱਗਦੀਆਂ ਲਾ ਲਾ ਕੇ ਰੋਟੀ ਬਣਾ ਕੇ ਦੇਤੀ। ਕੋਈ ਸਾਧਨ ਨਹੀਂ ਸੀ ਅੱਗ ਦਾ, ਕੁਝ ਕੱਖ ਲਾ ਤੀ। ਬਾਬਾ ਆਨੰਦ ਸਿੰਘ ਜੀ ਨੂੰ ਪ੍ਰਸ਼ਾਦਾ ਛਕਾਇਆ। ਕਹਿੰਦੇ ਬਾਬਾ ਜੀ ਨੇ 10 ਮਿੰਟਾਂ 'ਚ ਪ੍ਰਸ਼ਾਦੇ ਲਾ ਤੇ ਸੰਗਤ ਵਾਸਤੇ ਅਤੇ ਕਹਿੰਦੇ ਮੈਂ 10 ਮਿੰਟਾਂ 'ਚ ਆਲੂ ਬਣਾ ਤੇ। ਇਹ ਸੁਣਾਇਆ ਸੀ ਬਚਨ ਮੈਨੂੰ ਬਾਬਾ ਜੀ ਨੇ ਲੁਧਿਆਣੇ। ਬਾਬਾ ਜੀ ਲੁਧਿਆਣੇ ਆਏ, ਕਹਿੰਦੇ ਸੁੱਖੀ ਪ੍ਰਸ਼ਾਦਾ ਛਕਣਾ ਹੈ, ਤਿਆਰ ਕਰ ਲਾ। ਇੱਕੋ ਦਮ ਹੀ ਚਾਨਚੱਕ ਆ ਗਏ ਅਤੇ ਲੰਗਰ ਦੇ ਕੋਲ ਹੀ ਆਵਾਜ਼ ਮਾਰਦੀ ਸੀ ਮੈਨੂੰ ਖੜ ਕੇ ਜਾਂ ਗੇਟ ਤੋਂ ਉੱਚੀ ਸਾਰੀ ਆਵਾਜ਼ ਦੇਣੀ, ਉਹ ਸੁੱਖੀ ਮੈਂ ਨੱਠਿਆ ਹੋਣਾ। ਇੱਕ ਕੁੱਤਾ ਸੀ ਉਹਨੂੰ ਬਾਬਾ ਜੀ ਬਾਹਮਣ ਕਹਿੰਦੇ ਸੀ, ਜਦੋਂ ਉਹਨੂੰ ਆਵਾਜ਼ ਮਾਰਦੇ ਸੀ ਬਾਹਮਣਾ ਉਹਨੇ ਭੱਜੀ ਹੋਣਾ। ਪਹਿਲੀ ਗੱਲ ਉਡੀਕਦਾ ਹੀ ਹੁੰਦਾ ਸੀ ਅਤੇ ਰੋਜ਼ ਹੀ ਬਾਬਾ ਜੀ ਜਾਂਦੇ ਸੀ ਉੱਥੇ ਪ੍ਰਸ਼ਾਦਾ ਬਣਾ। ਬਾਪੂ ਹਮੀਰ ਸਰ ਨੂੰ ਸਾਰਿਆਂ ਨੂੰ ਕਹਿੰਦੇ ਵੀ ਤੁਸੀਂ ਨਾ
ਬੰਗਾਲੀ ਦੀ ਨਰਸਰੀ ਤੇ ਆ ਫਲਾਣੇ ਫਲਾਣੇ ਬੂਟੇ ਲੈ ਕੇ ਆਓ। ਬੰਗਾਲੀ ਦੀ ਨਰਸਰੀ 'ਚ ਸਾਰਿਆਂ ਨੂੰ ਭੇਜਤਾ ਬੂਟੇ ਲੈਣ ਵਾਸਤੇ। ਆਪ ਬਾਬਾ ਜੀ ਸੜਕ 'ਤੇ ਉੱਤਰ ਗਏ ਅਤੇ ਮੈਂ ਵੀ ਗੁਰਦੁਆਰੇ ਇਕੱਲਾ ਆਵਾਜ਼ ਮਾਰੀ ਅਤੇ ਬਾਬਾ ਕਹਿੰਦੇ ਪ੍ਰਸ਼ਾਦਾ ਛਕਣਾ। ਬਾਬਾ ਜੀ ਅੰਦਰ ਕਮਰੇ 'ਚ ਕਹਿੰਦੇ ਮੈਨੂੰ ਸਰਾਣਾ ਲਿਆ ਦੇ। ਬਾਬਾ ਜੀ ਕਮਰੇ 'ਚ ਲੇਟ ਕੇ ਮੈਨੂੰ ਕਹਿੰਦੇ ਪ੍ਰਸ਼ਾਦਾ ਤਿਆਰ ਕਰ ਲਾ। ਮਾਈ ਕੋਈ ਹੈ ਨਹੀਂ ਸੀ, ਛੱਡ ਕੇ ਮੈਂ ਜਾ ਨਹੀਂ ਸਕਦਾ ਸੀ, ਨਹੀਂ ਤਾਂ ਭੱਜ ਕੇ ਸਾਈਕਲ 'ਤੇ ਮਾਈ ਆਨੰਦ ਕੌਰ ਨੂੰ ਮੈਂ ਬਿਠਾ ਲਿਆਉਂਦਾ ਸੀ। ਮਾਈ ਬੈਠ, ਬਾਬਾ ਜੀ ਆਇਆ, ਆਣ ਕੇ ਫਿਰ ਪ੍ਰਸ਼ਾਦਾ ਤਿਆਰ ਕਰ ਦਿੰਦੀ ਸੀ। ਬਾਬਾ ਜੀ ਅੰਦਰ ਲੇਟ ਕੇ, ਪਰ ਬਾਬਾ ਜੀ ਲੇਟੇ ਨਾ, ਉੱਠ ਕੇ ਬਾਹਰ ਆ ਗਿਆ ਅਤੇ ਮੈਂ ਅੰਦਰ ਸਬਜ਼ੀ ਸੁਬਜ਼ੀ ਚੀਰਦਾ ਸੀ, ਆਟਾ ਗੁੰਨਦਾ ਪਿਆ ਸੀ। ਜਲਦੀ ਜਲਦੀ ਬਾਬਾ ਜੀ ਆ ਗਏ ਉੱਤੋਂ, ਕਹਿੰਦੇ ਤੂੰ ਇਕੱਲਾ ਹੀ ਹੈ? ਮੈਂ ਕਿਹਾ ਜੀ ਮਾਈ ਕੋਈ ਨਹੀਂ ਹੈਗੀ। ਅਤੇ ਆਪ ਜੀ ਆ ਕੇ ਫਿਰ ਮੈਂ ਕਿਹਾ ਵੀ ਮੈਂ ਪ੍ਰਸ਼ਾਦਾ ਤਿਆਰ ਕਰ ਲੈਂਦਾ। ਬਾਬਾ ਕਹਿੰਦੇ ਚੱਲ ਮੈਂ ਲੱਗਦਾ ਤੇਰੇ ਨਾਲ, ਆਟਾ ਮੈਨੂੰ ਫੜਾ ਦੇ ਅਤੇ ਤੂੰ ਸਬਜ਼ੀ ਬਣਾ ਲਾ। ਆਲੂਆਂ ਦੀ ਸਬਜ਼ੀ ਮੈਂ ਫਟਾਫਟ, ਆਲੂ ਪਏ ਸੀ ਉੱਥੇ ਹੋਰ, ਨਹੀਂ ਤਾਂ ਭੱਜ ਕੇ ਘੁਮਾਰ ਮੰਡੀ 'ਚ ਸਬਜ਼ੀ ਲੈ ਆਈ ਦੀ ਸੀ ਦੁਕਾਨ ਤੋਂ ਚੱਕ ਕੇ। ਉਦੋਂ ਸਬਜ਼ੀ ਲਿਜਾਣ ਦਾ ਸਮਾਂ ਹੀ ਨਹੀਂ ਸੀ। ਬਾਬਾ ਜੀ ਕਹਿੰਦੇ ਤੂੰ ਸਬਜ਼ੀ ਬਣਾ ਲਾ ਅਤੇ ਮੈਂ ਰੋਟੀਆਂ ਬਣਾਉਣਾ। ਬਾਬਾ ਜੀ ਬੜੀਆਂ ਸੋਹਣੀਆਂ ਰੋਟੀਆਂ ਹੱਥ ਨਾਲ, ਝਗੜਾ ਉਹ ਵੇਲਣਾ ਲਾ ਨਹੀਂ ਲਿਆ ਬਾਬਾ ਜੀ ਨੇ, ਅਤੇ ਅਸੀਂ ਹੱਥ ਨਾਲ ਪੇੜਾ ਕਰਕੇ ਬਣਾ ਕੇ ਉਹਦੇ 'ਤੇ ਅਸੀਂ ਥੱਪ ਕੇ ਰੱਖ ਲੈਂਦੇ ਸੀ, ਫਿਰ ਚੁੱਲ੍ਹੇ 'ਤੇ ਰੱਖਦੇ ਸੀ। ਬੜਾ ਸੋਹਣਾ, ਜਿਵੇਂ ਸੱਚੀ ਜਨਾਨੀ ਰੋਟੀਆਂ ਬਣਾਉਂਦੀ ਹੈ ਨਾ, ਇੰਜ ਇੰਜ ਥਲਦੀ ਹੈ। ਫਿਰ ਅਸੀਂ ਰੱਖ ਕੇ ਅਸੀਂ ਵਿੱਚ ਆਪਣੇ ਭਾਂਡੇ 'ਚ ਰੱਖ ਕੇ ਕੱਪੜੇ ਨਾਲ ਉੱਤੇ, ਜਿਵੇਂ ਸਿਆਣੀਆਂ ਔਰਤਾਂ ਰੋਟੀ ਬਣਾਉਂਦੀਆਂ ਨੇ, ਇਵੇਂ ਮੈਂ ਬਾਬਾ ਜੀ ਵੱਲ ਦੇਖੀ ਰਿਹਾ ਸੀ। ਮੈਂ ਆਲੂ ਬਣਾ ਰਿਹਾ ਸੀ ਅਤੇ ਬਾਬਾ ਜੀ ਨੂੰ ਉਸ ਸਮੇਂ ਫਿਰ ਸਾਖੀ ਸੁਣਾਈ। ਮੈਂ ਕਿਹਾ ਜੀ ਹੁਣ ਵੀ ਆਲੂ ਹੀ ਨੇ, ਅਤੇ ਬਾਬਾ ਜੀ ਨੇ ਸਾਖੀ ਸੁਣਾਈ ਵੀ 10 ਮਿੰਟਾਂ ਵਿੱਚ। ਬਾਬਾ ਜੀ ਨੇ ਤਾਂ ਕਹਿੰਦੇ ਮੈਂ ਪ੍ਰਸ਼ਾਦਾ ਕੋਈ ਹੈ ਨਹੀਂ ਸੀ, ਸੰਗਤ ਆ ਗਈ ਅਤੇ 10 ਮਿੰਟਾਂ 'ਚ ਪ੍ਰਸ਼ਾਦਾ ਤਿਆਰ ਕੀਤਾ ਸੀ। ਇਹ ਗੱਲਾਂ ਨੇ ਕਿ ਜਿਨ੍ਹਾਂ ਦਾ ਮਨ ਸੇਵਾ 'ਚ ਲੱਗਿਆ, ਜਿਹੜੇ ਸੇਵਾ ਵਾਸਤੇ ਵੀ ਕਈ ਹੋਏ ਨੇ, ਜਿਨ੍ਹਾਂ ਦੇ ਹੱਡ ਹਰਾਮ ਹੀ ਨਹੀਂ, ਜਿਹੜੇ ਹਰ ਸਮੇਂ ਹਾਜ਼ਰ ਨੇ ਮਾਲਕ ਦੀ ਸੇਵਾ 'ਚ, ਜਿਨ੍ਹਾਂ ਨੇ ਸਾਰੀ ਉਮਰ ਮਾਲਕ ਨੂੰ ਪੇਠੀ ਨਹੀਂ ਦਿਖਾਈ, ਮੁੱਖ ਰੱਖਿਆ ਮਾਲਕ ਦੇ ਵੱਲ, ਉਹ ਨੇ ਧੰਨ ਬਾਬਾ ਕੁੰਦਨ ਸਿੰਘ ਜੀ। ਮੈਂ ਤਾਂ ਸਾਡੇ 'ਚ ਹੋਰ ਵੀ ਕਈ ਬਾਬਾ ਜੀ ਤੋਂ ਕਈ ਵਾਰੀ ਇੱਧਰ ਉੱਧਰ ਹੋਏ ਹੋਣਗੇ, ਮੈਂ ਵੀ ਕਈ ਵਾਰੀ ਭੱਜਿਆ ਨਾਨਕ ਸਰੋਂ, ਕਈ ਵਾਰੀ ਗੁੱਸੇ ਗਿਲੇ ਵੀ ਹੋ ਜਾਣੇ, ਕਈ ਚੀਜ਼ਾਂ ਪਿੱਛੇ ਰੁੱਸ ਵੀ ਜਾਣਾ, ਪਰ ਉਹ ਅਸੀਂ ਜਿਨ੍ਹਾਂ ਦੇ ਜਿਨ੍ਹਾਂ ਨੇ ਚਾਅ ਵਿੱਚ ਹੀ ਸੇਵਾ ਕੀਤੀ, ਦੇਹਰਾਦੂਨ ਰਹੇ ਅਤੇ ਬਾਬਾ ਜੀ ਵਾਸਤੇ ਜਲ ਥੱਲੇ ਉਹ ਦਿਖਾਇਆ ਮੈਨੂੰ ਗੁਰਮੁਖਾਂ ਨੇ ਕਿ ਬਾਬਾ ਕੁੰਦਨ ਸਿੰਘ ਜੀ ਇੱਥੋਂ ਪਾਣੀ ਭਰ ਕੇ ਉੱਤੇ ਪਾਉਂਦੇ ਲੈ ਕੇ ਜਾਂਦੇ ਹੋ ਤੁਸੀਂ ਬਾਬਾ ਜੀ ਵਾਸਤੇ ਕੈਨੀ ਦੇ ਵਿੱਚ। ਉਸ ਥੱਲੇ ਉਹ ਘਾਟ ਤੋਂ ਦਿਖਾਇਆ ਵੀ ਇੱਥੋਂ ਪਾਣੀ ਭਰਦੇ ਸੀ, ਪਾਣੀ ਭਰ ਕੇ ਕੈਨੀਆਂ ਜਿਹੜੀਆਂ ਉੱਥੇ ਉੱਤੇ ਲੈ ਕੇ ਜਾਣੀਆਂ, ਜੰਗਲ ਦੀਆਂ ਲੱਕੜਾਂ ਚੁੱਕ ਕੇ ਬਾਜ਼ਾਰ ਵਿੱਚ ਵੇਚ ਕੇ। ਹੁਕਮ ਸੀ ਪੈਸਾ ਇੱਕ ਵੀ ਨਹੀਂ ਲੈਣਾ, ਸਾਰਾ ਸਿੱਧਾ ਹੀ ਲੈਣਾ, ਸੀਧਾ ਲੈ ਕੇ ਬਣਾਉਣ ਵਾਲਾ ਪ੍ਰਸ਼ਾਦਾ ਉਹ ਲੈ ਕੇ ਆ ਜਾਣਾ, ਅਤੇ ਹੁਕਮ ਸੀ ਵੀ ਚੋਲੇ ਪਾ ਕੇ ਨਾ ਜਾਏ ਉਹ ਲੱਕੜਾਂ ਵਿੱਚ,
ਕਿ ਬਾਬਾ ਆਨੰਦ ਸਿੰਘ ਦੇ ਬਿਹੰਗਮ ਹੁਣ ਰੋਟੀ ਤੋਂ ਵੀ ਔਖੇ ਆ, ਕਹਿਣ ਨਾ ਦੇਹਰਾਦੂਨ ਦੇ ਸੰਗੀ ਕੋਈ ਵੇਖ ਨਾ ਲਵੇ ਕਿ ਰੋਟੀ ਵੀ ਨਹੀਂ ਮਿਲਦੀ ਹੁਣ ਇਹਨਾਂ ਨੂੰ, ਰੋਟੀ ਵੀ ਨਹੀਂ ਜੁੜਦੀ, ਐਵੇਂ ਬਾਬਾ ਜੀ ਨੇ ਪ੍ਰਸ਼ਾਦਾ ਕਹਿੰਦੇ ਫਿਰ ਜਦੋਂ ਬਣਾਉਣਾ ਹੁੰਦਾ ਸੀ, ਪੰਜ ਛੇ ਬਿਹੰਗਮ ਸੀ ਨਾਲ ਬਾਬਾ ਈਸ਼ਰ ਸਿੰਘ ਜੀ ਸੀ, ਬਾਬਾ ਜੀ ਆਪਦਾ ਸਿਮਰਨ ਭਜਨ ਬਹੁਤ ਕਰਦੇ ਸੀ ਬਾਬਾ ਈਸ਼ਰ ਸਿੰਘ, ਜਬ ਰਾਗ ਦੀਆਂ ਧਾਰਨਾ ਘੰਟਾ ਘੰਟਾ ਲਾ ਕੇ ਰੱਖਦੇ ਸੀ, ਕਹਿੰਦੇ ਬਾਬਾ ਜੀ ਦੀ ਬੜੀ ਉੱਚੀ ਆਵਾਜ਼ ਸੀ ਅਤੇ ਧਾਰਨਾ ਵਿਰਾਗਮਈ ਹੁੰਦੀ ਸੀ, ਮਨ ਲੋਚਦਾ ਪ੍ਰੀਤਮਾ ਮੇਰਾ ਤੇਰਿਆਂ ਦਿਦਾਰਿਆਂ ਨੂੰ, ਮੇਰੇ ਗੋਬਿੰਦਾ ਮੇਰਾ ਮਨ ਧਨ ਬਹੁਤ ਬਿਰਾ ਗਿਆ, ਨੈਣ ਦਰਸਨ ਦਰਸ ਪਰਸਨ ਨੈ ਨੀਂਦ ਰਹਿਣ ਵਿਹਾਣੀਆਂ, ਵਿਰਾਗਮਈ ਧਾਰਨਾ ਸੀ ਅਤੇ ਸਾਰੀਆਂ ਜਿਹੜੀਆਂ ਅੱਜ ਆਸ ਕਲਗੀ ਵਾਲਿਆ ਤੇਰੇ ਦੀਦਾਰ ਦੀ, ਉਹਦੇ ਵਿੱਚ ਜਿੰਨੀਆਂ ਗਜ਼ਲਾਂ ਨੇ ਸਾਰੀਆਂ ਬਾਬਾ ਈਸ਼ਰ ਸਿੰਘ ਜੀ ਬਾਬਾ ਆਨੰਦ ਸਿੰਘ ਦੀ ਯਾਦ ਵਿੱਚ ਪੜ੍ਹਦੇ ਸੀ, ਅਤੇ ਜਦੋਂ ਪੜ੍ਹਦੇ ਸੀ ਬਾਬਾ ਜੀ ਦੇ ਵਿਰਾਗ ਵਿੱਚ, ਕਿਉਂਕਿ ਬਾਬਾ ਜੀ ਦੀ ਵਿਰਾਗਣ ਵੀ ਹੈਗੀ ਸੀ ਬਾਬਾ ਈਸ਼ਰ ਸਿੰਘ ਜੀ ਕੋਲ, ਆਸਣ ਵੀ ਹੈਗਾ ਸੀ, ਸੋਟੀ ਵੀ ਹੈਗੀ ਸੀ ਬਾਬਾ ਜੀ ਦੀ, ਇਹ ਦੋ ਚਾਰ ਚੀਜ਼ਾਂ ਹੀ ਬਾਬਾ ਜੀ ਨੇ ਇੱਥੋਂ ਚੱਕੀਆਂ ਸੀ। ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਕਈ ਤਾਂ ਕਹਿੰਦੇ ਸੀ ਕਿ ਜਦੋਂ ਸ੍ਰੀ ਚੰਦ ਜੀ ਮਹਾਰਾਜ ਗਏ ਸੀ ਆਪਣੇ ਪੱਖੋਂ ਕੇ, ਅਤੇ ਮਗਰੋਂ ਲਹਿਣਾ ਜਿਹੜਾ ਸੀ ਨਾ ਬਾਬੇ ਨਾਨਕ ਦੀ ਪੋਥੀ ਚੋਰੀ ਕਰਕੇ ਲੈ ਗਿਆ ਸੀ, ਖੰਡੂਰ ਨੂੰ ਚਲਾ ਗਿਆ ਸੀ ਜਦੋਂ ਗੱਦੀ ਮਿਲੀ, ਕਹਿੰਦੇ ਲਹਿਣਾ ਉਸ ਸਮੇਂ ਪੋਥੀ ਚੋਰੀ ਕਰਕੇ ਲੈ ਗਿਆ ਸੀ, ਕਹਿੰਦੇ ਨਹੀਂ ਉਹਨਾਂ ਨੇ ਇੱਕ ਚੱਕੀ ਸੀ ਉੱਨ ਦੀ ਮਾਲਾ ਜਿਹੜੀ ਸਿਰ 'ਤੇ ਰੱਖਣ ਵਾਲੀ ਸੀ, ਇੱਕ ਜਿਹਦੇ 'ਤੇ ਉਹਨਾਂ ਨੂੰ ਬਿਠਾਇਆ ਸੀ ਉਹ ਆਸਣ ਲਿਆ ਸੀ। ਜਦੋਂ ਗੁਰੂ ਅੰਗਦ ਦੇਵ ਜੀ ਬੈਠੇ ਨਾ ਗੁਰੂ ਨਾਨਕ ਦੇ ਆਸਣ 'ਤੇ, ਗੁਰੂ ਨਾਨਕ ਸਾਹਿਬ ਨੇ ਬਿਠਾ ਤਾ ਆਪਦੀ ਗੱਦੀ ਦੇ ਉੱਤੇ ਜਿੱਥੇ ਗੁਰੂ ਨਾਨਕ ਬਹਿੰਦੇ ਸੀ, ਲਹਿਣੇ ਨੂੰ ਬਿਠਾ ਤਾ, ਜਦੋਂ ਲਹਿਣਾ ਉੱਥੇ ਬੈਠਿਆ ਅਤੇ ਗੁਰੂ ਨਾਨਕ ਸਾਹਿਬ ਨੇ ਤਾਂ ਮੱਥਾ ਟੇਕਿਆ ਪਰਿਕਰਮਾ ਕਰਕੇ, ਲਹਿਣਾ ਜੀ ਵਿਰਾਗ ਵਿੱਚ ਸੀ, ਕਹਿੰਦੇ ਉਸ ਸਮੇਂ ਗੁਰੂ ਕੇ ਪੁੱਤਰ ਆਣ ਕੇ ਬੋਲੇ ਵੀ ਤੈਨੂੰ ਤੇਰੇ ਪੈਰ ਨੂੰ ਕੋੜਨਾ ਪਿਆ, ਤੂੰ ਗੁਰੂ ਨਾਨਕ ਸਾਹਿਬ ਦੇ ਆਸਣ 'ਤੇ ਬਹਿ ਗਿਆ, ਮੱਥਾ ਟਿਕਾ ਲਿਆ। ਉਹਨਾਂ ਕਿਹਾ ਵੀ ਹੁਣ ਉਹ ਵਿਰਾਗ ਵਿੱਚ ਸੀ, ਉਹਨਾਂ ਨੇ ਬਚਨ ਵੀ ਝੋਲੀ 'ਚ ਪਵਾ ਲਿਆ ਵੀ ਤੁਸੀਂ ਗੁਰੂ ਕੇ ਪੁੱਤਰ ਜੀ। ਫਿਰ ਗੁਰੂ ਸਾਹਿਬ ਦੇ ਉਹਨੂੰ ਸੂਰ ਰਿਹਾ ਸੀ ਅੰਗੂਠੇ 'ਤੇ, ਜਿਹਨੂੰ ਗੁਰੂ ਅਮਰਦਾਸ ਜੀ ਮੁੱਖ ਵਿੱਚ ਪਾ ਕੇ ਬੈਠਦੇ ਸੀ। ਇਹ ਖੇਡਾਂ ਔਖੀਆਂ ਨੇ, ਕਹਿੰਦੇ ਉਨ ਦੀ ਮਾਲਾ ਜਿਹੜੀ ਸਿਰ 'ਤੇ ਰੱਖੀ ਸੀ, ਜਿਹੜਾ ਗੁਰੂ ਸਾਹਿਬ ਨੇ ਉਸ ਸਮੇਂ ਪੰਜ ਪੈਸੇ ਨਾਰੀਅਲ ਜਾਂ ਕੋਈ ਵੀ ਉਸ ਸਮੇਂ ਗੁਰੂ ਸਾਹਿਬ ਨੂੰ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਿੱਤੀ, ਕਹਿੰਦੇ ਬਸ ਉਹੋ ਹੀ ਲੈ ਕੇ ਲਹਿਣਾ ਜੀ ਖੰਡੂਰ ਚਲੇ ਗਏ ਸੀ ਆਪਣੇ ਨਗਰ। ਬਾਬਾ ਜੀ ਆਸਣ ਰਾਗਣ ਸਿਮਰਨ ਦਾ ਜੋ ਦੋ ਚਾਰ ਬਾਬਾ ਆਨੰਦ ਸਿੰਘ ਦੀਆਂ ਚੀਜ਼ਾਂ ਸੀ ਸੋਟੀ, ਉਹ ਲੈ ਕੇ ਗਏ ਸਨ ਉੱਥੇ ਨਾਲ, ਅਤੇ ਪੜ੍ਹਦੇ ਸੀ ਉਹੀ ਬਰਾਗਣ। ਕਹਿੰਦੇ ਬਰਾਗਣ ਵੀ ਉਹ ਹੋਏ, ਤੇਰਾ ਆਸਣ ਵੀ ਉਹ ਹੋਏ। ਬਾਬਾ ਆਨੰਦ ਸਿੰਘ ਜੀ ਨੂੰ ਪੜ੍ਹਦੇ ਸੀ, ਬਿਰਾਗ ਕਰਦੇ ਸੀ, ਤੇਰੀ ਬਰਾਗਣ ਵੀ ਉਹ ਹੋਏ, ਆਸਣ ਵੀ ਉਹ ਹੋਏ, ਆਹ ਸੋਟੀ ਜਿਹੜੀ ਤੇਰੇ ਹੱਥ ਵਾਲੀ ਆਸਾ ਇਹ ਵੀ ਉਹ ਹੋਏ, ਪਰ ਇੱਕ ਦਰ ਤੇਰੇ 'ਤੇ ਆਏ ਭਿਖਾਰੀ ਮੋੜੋ ਨਾ ਨਿਰਾਸਾ,
ਤੇਰੀ ਬਿਰਾਗਣ ਵੀ ਪਈ ਹੈ, ਤੇਰੀ ਆਸਾ ਵੀ ਪਈ ਹੈ, ਤੇਰਾ ਆਸਣ ਵੀ ਪਿਆ ਹੈ, ਪਰ ਮੇਰੇ ਦਰ 'ਤੇ ਭਿਖਾਰੀ ਆਇਆ, ਮੈਨੂੰ ਦਰਸ਼ਨਾਂ ਦੀ ਖੈਰ ਪਾ ਦਿਓ। ਬਾਬਾ ਆਨੰਦ ਸਿੰਘ ਜੀ, ਮੈਂ ਤੁਹਾਨੂੰ ਉਵੇਂ ਹੀ ਦੇਖਾਂ ਇੱਥੇ ਬੈਠੇ ਜਿਵੇਂ ਦੇਖਦਾ ਸੀ। ਹੋ ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ ਨੂੰ, ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ ਨੂੰ, ਮਨ ਲੋਚਦਾ ਤਰਸ ਦੀਆਂ ਅੱਖੀਆਂ ਦੀਦਾਰਿਆਂ ਨੂੰ, ਹੋ ਮਨ ਲੋਚਦਾ ਤਰਸ ਦੀਆਂ ਅੱਖੀਆਂ ਸਿੰਘ ਜੀ, ਇਹਨਾਂ ਨੇ ਬਚਨ ਸੁਣਾਇਆ। ਕਹਿੰਦੇ ਅਸੀਂ ਰਹਿੰਦੇ ਸੀ ਦੇਹਰਾਦੂਨ, ਇਹਨਾਂ ਨੇ ਗੁਰਦੁਆਰਾ ਬਣਾਇਆ ਸੀ ਦੇਹਰਾਦੂਨ। ਉੱਥੇ ਭਰਾ ਜਿਹੜੇ ਸੀ ਨੌਕਰੀ ਕਰਦੇ ਸੀ ਗੁਰਦੁਆਰੇ 'ਚ, ਪਾਠੀ ਵਾਲੀ ਡਿਊਟੀ ਕਰਦੇ ਸੀ। ਗੁਰਦੁਆਰਾ ਇਹਨਾਂ ਹੀ ਬਣਾਇਆ ਸੀ ਉੱਥੇ। ਕਹਿੰਦੇ ਅਸੀਂ ਦਰਸ਼ਨ ਕਰਨ ਜਾਂਦੇ ਸੀ ਬਾਬਾ ਜੀ, ਜਦੋਂ ਬਾਬਾ ਜੀ ਦੇਹਰਾਦੂਨ ਬੈਰਾਗ ਵਿੱਚ ਰਹੇ ਨੇ, ਡੇਢ ਸਾਲ ਉੱਥੇ ਰਹੇ ਆ, 7 ਸਾਲ ਜਿਹੜੇ ਬਾਬਾ ਜੀ ਦੇ ਨਾ, 7 ਸਾਲਾਂ 'ਚੋਂ ਡੇਢ ਸਾਲ ਦਾ ਸਮਾਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਗਿਣ ਗਿਣ ਕੇ ਦੱਸਿਆ ਸੀ। ਦਾਸ ਨੂੰ ਵੀ ਸੰਤ ਗੇਜਾ ਸੁਣੀ, ਇਤਿਹਾਸ ਲਿਖਣ ਲੱਗਿਆ ਬਾਬਾ ਜੀ ਕੋਲੋਂ ਸੁਣਦੇ ਹੁੰਦੇ ਸੀ, ਪੁੱਛਦੇ ਹੁੰਦੇ ਸੀ, ਅਤੇ ਮੈਨੂੰ ਸ਼ੌਂਕ ਹੁੰਦਾ ਸੀ ਸਾਖੀਆਂ ਸੁਣਨ ਦਾ। ਕੋਠੇ ਦੇ ਉੱਪਰ ਬਾਬਾ ਜੀ ਨੇ ਟਾਈਮ ਰੱਖਿਆ ਹੋਇਆ ਸੀ, ਸੰਤ ਗੇਜਾ ਸੁਣੀ ਜਦੋਂ ਇਤਿਹਾਸ ਲਿਖਣਾ ਸ਼ੁਰੂ ਕੀਤਾ ਹੈ, ਅਤੇ ਬਾਬਾ ਕੁੰਦਨ ਸਿੰਘ ਮਹਾਰਾਜ 7 ਉਦੋਂ ਨਾਲ ਸੀ, 7 ਸਾਲ ਹੋਰ ਕੋਈ ਹੈ ਨਹੀਂ ਸੀ, ਜਾਂ ਉਸਤਾਦ ਜੀ ਸਨ ਬਾਬਾ ਕੇਰ ਸਿੰਘ ਜੀ, ਅਤੇ ਬਾਬਾ ਜੀ ਕੋਲ ਸਾਰਾ ਇਤਿਹਾਸ ਯਾਦ ਸੀ। ਫਿਰ ਬਾਬਾ ਜੀ ਨੇ ਇਹਨਾਂ ਨੂੰ ਕੋਠੇ 'ਤੇ ਸੁਣਾਉਂਦੇ ਹੁੰਦੇ ਸੀ ਉੱਪਰ,
ਤੇ ਦਾਸ ਵੀ ਨਾਲ ਸੁਣਦਾ ਸੀ। ਡੇਢ ਸਾਲ ਦਾ ਸਮਾਂ ਉਹ ਕਹਿ ਰਾਗੀ ਸਿੰਘ ਕਹਿਣ ਲੱਗੇ ਵੀ ਅਸੀਂ ਕਿਤੇ ਕਿਤੇ ਜਾਂਦੇ ਸੀ ਦਰਸ਼ਨ ਕਰਨ, ਪ੍ਰਸ਼ਾਦਾ ਆਪਦਾ ਬਾਬਾ ਜੀ ਆਪ ਹੀ ਬਣਾਉਂਦੇ ਸੀ, ਸੰਗੀਆਂ ਤੋਂ ਮਨਾ ਕੀਤਾ ਸੀ ਵੀ ਪ੍ਰਸ਼ਾਦਾ ਆਪ ਹੀ ਬਣਾ ਕੇ ਛਕਣਾ ਹੈ, ਭੋਗ ਲਵਾਉਣਾ ਹੈ, ਲੱਕੜਾਂ ਵੇਚ ਕੇ ਸਿੱਧਾ ਲਿਆ ਕੇ। ਬਾਬਾ ਜੀ ਕਹਿੰਦੇ ਇੱਕ ਦਾਸ ਦੀ ਡਿਊਟੀ ਸੀ ਲੰਗਰ ਬਣਾਉਣ ਦੀ, ਇੱਕ ਮਹਾਰਾਜ ਦੀ, ਇੱਕ ਨਾਲ ਜਸਵੰਤ ਲੰਮਾ ਸੀ ਉਸਤਾਦ ਜੀ ਨੂੰ। ਬਾਬਾ ਜੀ ਕਹਿੰਦੇ ਸੀ ਬਾਬਾ ਕੀਰਤ ਸਿੰਘ ਵੀ ਇਹਨਾਂ ਤੋਂ ਰੋਟੀ ਨਹੀਂ ਪਕਾਉਣੀ, ਇਹ ਮੁਖੀ ਕੀਰਤਨੀਏ ਨੇ, ਇਹ ਨਹੀਂ ਪਕਾਉਣਗੇ। ਬਾਬਾ ਜੀ ਆਪ ਤਾਂ ਕਈ ਵਾਰੀ ਲੱਗ ਜਾਂਦੇ ਸੀ ਨਾਲ ਪ੍ਰਸ਼ਾਦਾ ਪੰਜ ਸੱਤ ਜਣਿਆਂ ਦਾ ਤਿਆਰ ਕਰਨ ਵਾਸਤੇ, ਪਰ ਉਸਤਾਦ ਜੀ ਤੋਂ ਨਹੀਂ ਬਣਵਾਉਂਦੇ ਸੀ। ਉਹ ਕਹਿੰਦੇ ਅਸੀਂ ਜਿੰਨੀ ਵਾਰੀ ਗਏ ਨਾ ਬਾਬਾ ਈਸ਼ਰ ਸਿੰਘ ਦੇ ਦਰਸ਼ਨ ਕਰਨ, ਕਹਿੰਦੇ ਸੱਚ ਕਹਿੰਦੇ ਹਾਂ ਕਿ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਅੱਖਾਂ ਦਾ ਨੀਰ ਸ਼ਮ ਸ਼ਮ ਵਰਸਦਾ ਸੀ ਆਖੋ ਸੀ ਪਿਆਰੇ ਬਾਬਾ ਆਨੰਦ ਸਿੰਘ ਦੀ ਯਾਦ ਵਿੱਚ। ਉੱਥੇ ਡੇਢ ਸਾਲ ਬਾਬਾ ਈਸ਼ਰ ਸਿੰਘ ਜੀ ਜੰਗਲ 'ਚ ਵਿਰਾਗ ਵਾਸਤੇ ਰਹੇ ਨੇ, ਉਹਨਾਂ ਨੂੰ ਵਿਰਾਗ 'ਚ ਸਵਾਦ ਆਉਂਦਾ ਸੀ। ਵਿਰਾਗ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਸਾਰੀਆਂ ਭਗਤੀਆਂ ਦੀ ਸੁਲਤਾਨ ਭਗਤੀ ਬਿਰਹਾ ਹੈ। ਕਹਿੰਦੇ ਜਿਹਦੇ ਅੰਦਰ ਬਿਰਹਾ ਨਹੀਂ ਉਪਜਿਆ ਉਹ ਗਿਆਨੀ ਵੀ ਫੇਰ, ਉਹ ਤਾਂ ਮਸਾਣ ਵਰਗੇ ਸਰੀਰ ਨੇ, ਜੇ ਬਿਰਹਾ ਨਹੀਂ ਪੈਦਾ ਹੋਇਆ ਭਾਵੇਂ ਉਹ ਕਥਾ ਵਾਜ ਕੇ ਭਾਵੇਂ ਗਿਆਨੀ। ਅੱਜ ਕੱਲ੍ਹ ਬੜੇ ਬੜੇ ਲੋਕ ਚਮਕਾਰੇ ਕਰਦੇ ਆ, ਬੜੇ ਬੜੇ ਇਕੱਠ ਕਰਦੇ ਆ, ਬੜਾ ਬੜਾ ਕਹਿੰਦੇ ਅਸੀਂ ਜਪਦੇ ਵੀ ਜਪਾਉਂਦੇ ਹਾਂ, ਪਰ ਸਾਨੂੰ ਪਤਾ ਸਭ ਮਾਇਆ ਦਾ ਪਰਛਾਵਾਂ ਹੈ, ਦਿਖਾਵਾ। ਜਦ ਤੱਕ ਤੁਹਾਡਾ ਨੇਮ ਨਹੀਂ ਹੋਏਗਾ ਉਦੋਂ ਤੱਕ ਤੁਹਾਡੀ ਭਗਤੀ ਨਹੀਂ। ਕਦੀ ਅੰਮ੍ਰਿਤ ਵੇਲੇ ਗੁਰੂ ਨਾਨਕ ਦਾ ਚਪਹਿਰਾ ਨਹੀਂ ਕਰਦੇ, ਜਾਂ ਸੁੱਤੇ ਹੋਣਗੇ, ਜਾਂ ਖਾਂਦੇ ਹੋਣਗੇ, ਜਾਂ ਨਹਾਉਂਦੇ ਧੋਂਦੇ ਹੋਣਗੇ। ਜਿਹੜਾ ਬਾਬੇ ਨਾਨਕ ਚਪਹਿਰਾ ਸ਼ੁਰੂ ਕੀਤਾ ਸਵੇਰ ਸ਼ਾਮ ਦਾ ਉਹ ਨਹੀਂ ਕਰਨਾ, ਫਿਰ ਪੰਜ ਪੰਜ ਛੇ ਛੇ ਘੰਟੇ ਵਿਖਾਉਣਗੇ ਜੋੜਨ ਵਾਸਤੇ ਠੀਕ ਹੈ, ਪਰ ਅੰਮ੍ਰਿਤ ਵੇਲਾ ਛੱਡਤਾ, ਸੰਧਿਆ ਦਾ ਵੇਲਾ ਛੱਡਤਾ, ਤੁਸੀਂ ਇੱਕ ਦਿਨ ਮਾਰ ਖਾਓਗੇ ਜੇ ਦੋਨੋਂ ਵਕਤ ਨਹੀਂ ਤੁਹਾਡੇ ਕੋਲ। ਜੇ ਤੁਹਾਡੇ ਕੋਲ ਅੰਮ੍ਰਿਤ ਵੇਲਾ ਨਹੀਂ, ਸ਼ਾਮ ਦਾ ਵੇਲਾ ਨਹੀਂ, ਸਿਰਫ ਤੁਹਾਡੇ ਕੋਲ ਦਿਖਾਵਾ ਹੀ ਹੈ। ਦਿਖਾਵੇ ਦੇ ਦੀਵਾਨ ਨੇ, ਦਿਖਾਵੇ ਦੇ ਕੀਰਤਨ ਨੇ, ਦਿਖਾਵੇ ਦੇ ਇਕੱਠ ਨੇ। ਸ਼ਾਮਾਂ ਨੂੰ ਤੁਸੀਂ ਦੀਵਾਨ ਲਾਓ, ਸਵੇਰੇ ਉੱਠੋ ਨਾ 9 ਵਜੇ ਤੱਕ, ਕਈ ਮਹਾਤਮਾ ਵੀ ਐਵੇਂ ਕਰਦੇ ਆ। ਬਾਬਾ ਜੀ ਕਹਿੰਦੇ ਤੁਸੀਂ ਮਾਰ ਖਾਓਗੇ ਫੇਲ ਹੋ ਜਾਓਗੇ, ਤੁਹਾਨੂੰ ਕਲਯੁੱਗ ਆਪਣੀ ਮਾਰ ਹੇਠ ਲੈ ਜਾਏਗਾ ਜੇ ਤੁਹਾਡੇ ਕੋਲ ਅੰਮ੍ਰਿਤ ਵੇਲੇ ਦੇ 3 ਘੰਟੇ ਨਹੀਂ, ਸ਼ਾਮ ਦੇ 3 ਘੰਟੇ ਨਹੀਂ। 2 ਚਪਹਿਰੇ ਜਿਹੜੇ ਗੁਰੂ ਨਾਨਕ ਨੇ ਕੀਤੇ, 10 ਗੁਰੂਆਂ ਨੇ ਕੀਤੇ, ਅੱਜ ਅੰਮ੍ਰਿਤਸਰ ਹੋ ਰਹੇ ਨੇ ਅਤੇ ਅੰਮ੍ਰਿਤਸਾਰੇ ਹਜ਼ੂਰ ਸਾਹਿਬ 2 ਵਕਤ ਦਾ ਕੀਰਤਨ ਹੋ ਰਿਹਾ ਨੇ ਅਤੇ ਹਜ਼ੂਰ ਸਾਹਿਬ ਨਾਨਕਸਰ ਹੋ ਰਿਹਾ ਅਤੇ ਨਾਨਕ ਸਾਰੇ। ਜੇ ਸਾਡੇ ਕੋਲ ਕੀਰਤਨ ਹੀ ਨਹੀਂ, ਕਥਾ ਹੀ ਨਹੀਂ, ਅਸੀਂ ਬਹਿ ਕੇ ਸੁਣਦੇ ਹੀ ਨਹੀਂ, ਅਤੇ ਮੇਲਾ ਜਦੋਂ ਲਾ ਰਿਹਾ ਉਦੋਂ 100, 200, 1000, 2000 ਵੀ ਇਕੱਠੇ ਹੋ ਗਏ, ਲੰਗਰ ਖਾ ਕੇ ਤੁਰ ਗਏ, ਪਰ ਸਭ ਇੱਥੇ ਡਿਊਟੀਆਂ ਨੇ। ਇਹਨੂੰ ਭਗਤੀ ਬਾਬਾ ਜੀ ਨੇ, ਬਾਬੇ ਨਾਨਕ ਨੇ ਭਗਤੀ, ਇਸ ਭਗਤੀ ਨੂੰ ਦ੍ਰਿੜ ਕਰੋ, ਤੁਹਾਡਾ ਇਸ਼ਨਾਨ ਨਹੀਂ ਪੱਕਾ ਅੰਮ੍ਰਿਤ ਵੇਲੇ ਦਾ। ਗੁਰਮੁਖ ਨਾਮਦਾਨ ਇਸ਼ਨਾਨ, ਗੁਰੂ ਸਾਹਿਬ ਨੇ ਇਸ਼ਨਾਨ ਦ੍ਰਿੜ ਕਰਾਇਆ,
ਬਾਬਾ ਖੇਮ ਸਿੰਘ ਜੀ ਚੋਲੀ ਅੜ ਕੇ ਮੰਗਦੇ ਸੀ ਪਾਠ ਕਰਕੇ ਜੀ ਨਾਮ ਦਾਨ ਇਸ਼ਨਾਨ। ਉਹ ਭਲਕੇ ਉੱਠ ਕੇ ਤੇ ਆਵੇ ਹਰੀ ਨਾਮ, ਸੋਈ ਸਿੱਖ ਸਤਿਗੁਰ ਦਾ ਭਲਕੇ ਉੱਠ ਕੇ ਤੇ ਆਵੇ ਹਰੀ ਨਾਮ, ਸੋਈ ਸਿੱਖ ਸਤਿਗੁਰ ਦਾ ਵਿੱਚ ਬਹਿ ਜਾਂਦੇ ਹੁੰਦੇ ਸੀ ਸੇਵਾ ਕਰਕੇ ਗੁਰੂ ਸਾਹਿਬ ਦੀ। ਤੀਨ ਪੈਰ ਜਾਬੀ ਤੇ ਜਾਣ, ਗੁਰੂ ਸਾਹਿਬ ਨੇ ਕਿਹਾ ਨਾ ਜਦੋਂ ਤਿੰਨ ਪੈਰ ਦਿਨ ਦੇ ਬੀਤ ਜਾਣ, ਪਹਿਲਾ ਪੈਰ 6 ਤੋਂ, ਦੂਜਾ 9 ਤੋਂ, ਤੀਜਾ 12 ਤੋਂ, ਇਹ ਤਿੰਨੇ ਲੰਘ ਜਾਣ 3 ਵਜੇ ਤੋਂ ਬਾਅਦ, ਕਹਿੰਦੇ ਜਦੋਂ ਚੌਥਾ ਪੈਰ ਆ ਜਾਵੇ ਤੇ ਗੁਰਮੁਖ ਗੁਰਸਿੱਖ ਗੁਰੂ ਕੋਲ ਚੜਿਆ ਜਾਵੇ। ਹੁਣ ਸੰਤ ਗੁਰਜੀਤ ਸਿੰਘ ਜੀ ਕਰ ਰਹੇ ਉਵੇਂ ਸੇਵਾ ਡਿਊਟੀਆਂ, ਕਥਾ ਹੁੰਦੀ ਹੈ ਤੀਨ ਪੈਰ ਜਾਬੀ ਤੇ ਜਾਣ। ਉਹ 3 ਵਜੇ ਤੋਂ ਬਾਅਦ ਬਾਬਾ ਜੀ ਗੁਰੂ ਸਾਹਿਬ ਦੀ ਸੇਵਾ 'ਚ 1 ਘੰਟਾ, ਫਿਰ ਬਾਬਾ ਜੀ ਉੱਥੇ ਜਾ ਕੇ ਬਾਗ 'ਚ ਕੁਝ ਸੰਗਤ ਭੁਗਤਾਉਂਦੇ ਆ, ਕੁਝ ਬੂਟਿਆਂ ਦਾ ਖਿਆਲ ਕਰਦੇ ਸਾਰੇ ਜਿੰਨੇ ਲਾਏ ਹੁੰਦੇ ਸੀ। ਇੱਕ ਚਾਕੂ ਬਾਬਾ ਜੀ ਹਮੇਸ਼ਾ ਹੀ ਜੇਬ 'ਚ ਰੱਖਦੇ ਸੀ, ਉਹਦੇ ਨਾਲ ਦਾਬਾ ਦੁਬਾ ਬਣਾ ਲੈਂਦੇ ਸੀ ਕੱਢ ਕੇ, ਅਤੇ ਫੁੱਲਾਂ ਦਾ ਬੜਾ ਸ਼ੌਂਕ ਸੀ ਫੁਲਵਾੜੀ ਦਾ। ਸ਼ਰਧਖਾਨੇ ਵਾਲੀ ਥਾਂ 'ਤੇ ਬਾਬਾ ਕੁੰਦਨ ਸਿੰਘ ਜੀ ਦੀ ਫੁਲਵਾੜੀ ਹੁੰਦੀ ਸੀ, ਫੁੱਲ ਲਾਏ ਹੁੰਦੇ ਸੀ, ਜਿੱਥੇ ਮਹਾਂਪੁਰਸ਼ਾਂ ਸ਼ਰਧਖਾਨਾ ਬਣਾਇਆ ਸਾਰੇ ਗੁਰੂ ਸਾਹਿਬ ਵਾਸਤੇ। ਕਿ ਸਹਿਜ ਭਗਤੀ, ਕਿਤੇ ਤੂੰ ਗੁਰੂ ਸਾਹਿਬ ਦੇ ਫੁੱਲ ਬਣਾ, ਹਾਰ ਬਣਾ, ਕਿਤੇ ਤੂੰ ਗੁਰੂ ਸਾਹਿਬ ਦੀ ਵਿਛਾਈ ਚਾੜ, ਕਿਤੇ ਤੂੰ ਗੁਰੂ ਸਾਹਿਬ ਨੂੰ ਪ੍ਰਸ਼ਾਦੇ ਦੁੱਧ ਦਾ ਭੋਗ ਲਵਾ, ਕਿਤੇ ਕਥਾ ਹੋ ਰਹੀ ਹੈ ਬੈਠ, ਕਥਾ ਕਰਦੇ ਵੀ ਸੀ, ਕਥਾ ਸੁਣਦੇ ਵੀ ਹੁੰਦੇ ਸੀ ਕਈ ਵਾਰੀ, ਫਿਰ ਕੀਰਤਨ 'ਚ ਵੀ ਬਹਿ ਜਾਂਦੇ ਸੀ, ਫਿਰ ਸਾਨੂੰ ਸ਼ਾਮ ਨੂੰ ਸਾਰਿਆਂ ਦੀ ਕਲਾਸ ਲੱਗਦੀ ਸੀ। ਬਾਬਾ ਜੀ ਇੱਥੋਂ ਜਦੋਂ ਰਹਿ ਰਸ ਹੁੰਦੀ ਸੀ, ਕੀਰਤਨ ਹੁੰਦਾ ਸੀ, ਰਹਿ ਰਸ ਹੁੰਦੀ ਸੀ, ਸਾਰੇ ਬਿਹੰਗਮ ਬਾਗ 'ਚ ਜਾਂਦੇ ਸੀ, ਸਾਰੇ ਆਉਂਦੇ ਸੀ। ਬਾਬਾ ਜੀ ਸਰੀਰ ਕਰਕੇ ਤਗੜੇ ਸੀ, ਕਿਸੇ ਦੀ ਗਲਤੀ ਨਹੀਂ ਚੱਲਦੀ ਸੀ ਵੀ ਤੂੰ ਕੀਰਤਨ 'ਚ ਕਿਉਂ ਨਹੀਂ ਗਿਆ, ਤੂੰ ਬਾਗ 'ਚ ਕਿਉਂ ਫਿਰਦਾ। ਸਾਰੇ ਕੀਰਤਨ ਕਰਕੇ ਰਹਿ ਰਾਸ ਸ਼ੁਰੂ ਹੋ ਜਾਂਦੀ ਸੀ, ਸਾਰੇ ਬਿਹੰਗਮ ਬਾਗ ਨੂੰ ਜਾਂਦੇ ਸੀ ਲੈਣਾ ਬਣਾ ਕੇ। ਅੱਜ ਦਿਸਦੇ ਨਹੀਂ ਬਿਹੰਗਮ, ਸ਼ਾਮ ਦੇ ਕੀਰਤਨ 'ਚ 3-4 ਵਜੇ ਜੋੜੀਆਂ ਵਾਲੇ ਹੁੰਦੇ ਆ, ਉਦੋਂ ਪੂਰਾ ਦੀਵਾਨ ਉਸਤਾਦ ਜੀ ਵੇਲੇ ਭਰਿਆ ਹੁੰਦਾ ਸੀ, ਪੂਰਾ ਦੀਵਾਨ ਫੁੱਲ ਸਾਰੇ ਬਿਹੰਗਮਾਂ ਨਾਲ। ਬਾਬਾ ਸਾਹਿਬ ਸਿੰਘ ਦੇ ਬਿਹੰਗਮ ਵੀ, ਉਹ ਵੀ ਕੜਾਈ ਰੱਖਦੇ ਸੀ,
ਬਾਬਾ ਨਰਿੰਦਰ ਸਿੰਘ ਜੀ ਕੋਲ ਜਿਹੜੇ ਬਿਹੰਗਮ ਉਹ ਵੀ ਹੁੰਦੇ ਸੀ ਦੀਵਾਨ 'ਚ, ਬਾਬਾ ਕੁੰਦ ਸਿੰਘ ਜੀ ਕੋਲ ਜਿੰਨੇ ਬਿਹੰਗਮ ਸਾਰੇ, ਬਾਬਾ ਗੀਜਾ ਸਿੰਘ ਕੋਲ ਉਦੋਂ ਅਜੇ ਬਿਹੰਗਮ ਨਹੀਂ ਹੈਗੇ ਸੀ ਇੰਨੇ, ਫਿਰ ਭਾਗ ਸੁਣੀ ਆਏ ਸੀ ਉਹਨਾਂ ਕੋਲ। ਇਹ ਸੰਤ ਭਜਨ ਸਿੰਘ ਬਾਬਾ ਗੀਜਾ ਸਿੰਘ ਜੀ ਇਹ ਇਹਨਾਂ ਕਮਰਿਆਂ 'ਚ ਇਕੱਲੇ ਹੀ ਰਹਿੰਦੇ ਹੁੰਦੇ ਸੀ। ਸਾਰੇ ਬਿਹੰਗਮ ਦੀਵਾਨ 'ਚ ਬੈਠਦੇ ਸੀ, ਸੰਤ ਗੀਜਾ ਸੁਣੀ ਰਬਾਬ ਵਜਾਇਆ ਕਰਦੇ ਸੀ। ਇੱਕ ਸੁਰਜੀਤ ਸਿੰਘ ਸੀ ਮੋਟਾ, ਉਹ ਵੀ ਰਬਾਬ ਵਜਾਉਂਦਾ ਸੀ। ਕੋਈ ਟੱਲੀਆਂ, ਕੋਈ ਰਬਾਬ, ਕੋਈ ਵਾਜੇ ਦੇ ਸਾਈਡ 'ਤੇ ਬੈਠਦੇ ਸਨ। ਸਾਰਿਆਂ ਨੇ ਰਹਿਰਾਸ ਵੇਲੇ ਜਦੋਂ ਉੱਠਣਾ ਸੋਦਰ ਲਾ ਕੇ, ਅਤੇ ਇਹ ਹੁੰਦਾ ਸੀ ਕਿ ਪਹਿਲੋਂ ਜਾਂਦਿਆਂ ਬਾਬਾ ਜੀ ਨੂੰ ਮੱਥਾ ਟੇਕਣਾ। ਸਾਰੇ ਬਿਹੰਗਮ ਜਾ ਕੇ ਬਾਬਾ ਕੁੰਦਨ ਸਿੰਘ ਮਹਾਰਾਜ ਨੂੰ, ਚਾਹੇ ਉਹ ਕਮਰੇ 'ਚ ਹੋਣ, ਚਾਹੇ ਉਹ ਬਾਹਰ ਸੁਖਮਣੀ ਵਿੱਚ ਹੋਣ, ਕਿਤੇ ਵੀ ਹੋਣ, ਸਾਰੇ ਵਾਰੀ ਵਾਰੀ ਜਾ ਕੇ ਸਾਰੇ ਬਾਬਾ ਜੀ ਨੂੰ ਮੱਥਾ ਟੇਕਦੇ ਸੀ। ਫਿਰ ਆਪਣੇ ਪੋਥੀਆਂ ਲੈ ਕੇ ਆ ਜਾਂਦੇ ਸੀ ਬਾਬਾ ਜੀ ਕੋਲ, ਵੀ ਲਿਆਓ ਪੋਥੀਆਂ ਲੈ ਕੇ ਆਓ। ਅਤੇ ਸਾਰੇ ਨੇ, ਕਿਸੇ ਨੇ ਪੰਜ ਗ੍ਰੰਥੀ, ਕਿਸੇ ਨੇ 22 12, ਕਿਸੇ ਨੇ ਭਗਤ ਬਾਣੀ, ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਸੈਂਚੀ, ਕਿਸੇ ਦੀ ਦੂਜੀ ਸੈਂਚੀ ਸੀ। ਸਾਰੇ ਆਣ ਕੇ ਬਾਬਾ ਜੀ ਕੋਲ ਸੰਥਿਆ ਕਰਦੇ ਸੀ। ਹੁਕਮਨਾਮੇ ਤੋਂ ਬਾਬਾ ਜੀ ਅੱਧਾ ਕੁ ਘੰਟਾ ਪਹਿਲੋਂ ਆਪਣੀ ਪ੍ਰਸ਼ਾਦਾ ਪਾਣੀ ਛੱਕ ਕੇ ਤਿਆਰੀ ਕਰਦੇ ਸੀ, ਉੰਨੀ ਦੇਰ 'ਤੇ ਸੰਥਿਆ ਕਰਵਾਉਂਦੇ ਸੀ। 15 ਮਿੰਟ ਪਹਿਲੋਂ ਬਾਬਾ ਜੀ, 10 ਮਿੰਟ ਪਹਿਲੋਂ ਹਾਜ਼ਰ ਹੁੰਦੇ ਸੀ ਦਰਬਾਰ 'ਚ। ਇੱਕ ਦਿਨ ਬਾਬਾ ਜੀ ਦਾ ਮਨ ਬੜਾ ਵਿਰਾਗ ਵਿੱਚ ਸੀ, ਅਤੇ ਸੰਤ ਭਜਨ ਸੁਣੀ ਕਹਿੰਦੇ ਬਾਬਾ ਜੀ ਤੁਹਾਡਾ ਮਨ ਬੜਾ ਵਿਰਾਗ ਵਿੱਚ, ਬੜੀ ਉਦਾਸੀ। ਕਹਿੰਦੇ ਬਾਬਾ ਜੀ ਦੀਆਂ ਲਾਈਆਂ ਡਿਊਟੀਆਂ ਨਹੀਂ ਪੂਰੀਆਂ ਹੋ ਰਹੀਆਂ, ਅਤੇ ਇਸ ਕਰਕੇ ਮਨ 'ਚ ਵਿਰਾਗ ਆ ਗਿਆ ਕਿ ਮੁਰਸ਼ਦ ਦੀ ਡਿਊਟੀ ਤਾਂ ਪੂਰੀ ਕਰੀਏ। ਕਹਿੰਦੇ ਬਾਬਾ ਜੀ ਨਾਗਾ ਤਾਂ ਤੁਸੀਂ ਕਦੀ ਨਹੀਂ ਪਾਇਆ, ਹੁਕਮਨਾਮਾ ਵੀ ਲੈਂਦੇ ਜੇ, ਸੇਵਾ ਵੀ, ਪ੍ਰਕਾਸ਼ ਵੀ ਤੁਸੀਂ ਕਰਦੇ, ਬਿਰਾਜਮਾਨ ਵੀ ਤੁਸੀਂ ਕਰਦੇ, ਅਤੇ ਵਿਰਾਗ ਕਾਹਦਾ ਹੈ? 2 ਟਾਈਮ ਪ੍ਰਕਾਸ਼, 2 ਟਾਈਮ ਬਿਰਾਜਮਾਨ, 4 ਟਾਈਮ, 3 ਟਾਈਮ ਪ੍ਰਸ਼ਾਦੇ ਦਾ ਭੋਗ, 2 ਟਾਈਮ ਦੁੱਧ ਦਾ, 9 ਟਾਈਮ ਹੋ ਗਏ, 2 ਟਾਈਮ ਹੁਕਮਨਾਮਾ, ਇਵੇਂ ਸਾਰੀਆਂ ਡਿਊਟੀਆਂ ਤੁਸੀਂ ਕਰਦੇ ਜੀ। ਕਹਿੰਦੇ ਨਹੀਂ, ਮੈਥੋਂ ਪੂਰੀਆਂ ਨਹੀਂ ਹੋ ਰਹੀਆਂ। ਕਹਿੰਦੇ ਪੂਰੀਆਂ ਤਾਂ ਤੁਸੀਂ ਕਰਦੇ ਜੀ। ਕਹਿੰਦੇ ਮੇਰੇ ਮੁਰਸ਼ਦ ਨੇ ਮੈਨੂੰ ਕਿਹਾ ਸੀ 10 ਮਿੰਟ ਪਹਿਲੋਂ ਜਾਣਾ ਡਿਊਟੀ 'ਚ, ਅਤੇ ਮੈਂ ਕਈ ਵਾਰੀ 5 ਮਿੰਟ ਪਹਿਲੋਂ ਜਾਣਾ, ਕਈ ਵਾਰੀ ਹੁਕਮਨਾਮਾ ਵੀ ਭੱਜ ਕੇ ਜਾ ਕੇ ਲੇਟ ਹੋ ਜਾਈਦਾ, ਭੱਜ ਕੇ ਹੁਕਮਨਾਮੇ ਦੇ ਟਾਈਮ ਪਹੁੰਚੀ ਤੇ ਮੈਨੂੰ ਉਹ ਬਾਬਾ ਜੀ ਦਾ ਬਚਨ ਖੁੱਬਦ ਆਏ। ਉਹਨਾਂ ਨੇ ਕਿਹਾ ਸੀ ਤੂੰ 10 ਮਿੰਟ ਪਹਿਲੋਂ ਖੜਨਾ ਆਣ ਕੇ, ਅਤੇ ਵੈਸੇ ਨੇਮ ਸੀ ਬਾਬਾ ਜੀ ਦਾ ਕਿ ਬਾਬਾ ਜੀ ਨੇ ਹੁਕਮਨਾਮੇ ਤੋਂ 15-20 ਮਿੰਟ ਪਹਿਲੋਂ, ਥਾਲ ਲਾਉਣ ਤੋਂ 10 ਮਿੰਟ ਪਹਿਲੋਂ, ਸੇਵਾ ਕਰਨ ਤੋਂ ਪਹਿਲੋਂ ਜਾ ਕੇ ਮਾਲਕ ਦਾ ਬੂਹਾ ਉਡੀਕਣਾ ਹੈ, ਕਿੰਨੇ ਵਜੇ ਖੋਲ੍ਹਣਾ। ਹਰ ਚੀਜ਼ ਦੀ ਪਹਿਲੋਂ ਹਾਜ਼ਰ ਹੁੰਦੇ ਸੀ ਹੁਕਮਨਾਮਾ ਵੀ ਲੈਣ ਵਾਸਤੇ। ਇਹਨੂੰ ਕਿਹਾ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਜਿਲੇ ਕੇਤੀ ਛੁੱਟੀ ਨਾਲ। ਬਾਬਾ ਕੁੰਦਨ ਸਿੰਘ ਜੀ ਨੂੰ ਬਾਬਾ ਜੀ ਕਹਿਣ ਵਾਲਿਓ, ਬਾਬਾ ਕੁੰਦਨ ਸਿੰਘ ਜੀ ਨੂੰ ਗੁਰੂ ਨਾਨਕ ਕਹਿਣ ਵਾਲਿਓ, ਬਾਬਾ ਕੁੰਦਨ ਸਿੰਘ ਜੀ ਨੂੰ ਰੱਬ ਕਹਿਣ ਵਾਲਿਓ, ਕਿਤੇ ਉਹਨਾਂ ਵਾਂਗੂ ਇੱਕ ਦਿਨ ਸੇਵਾ ਕਰ ਲਓ। ਜ਼ਿੰਦਗੀ ਭਰ ਕਰ ਲਓਗੇ ਅਤੇ ਇਹ ਮੰਨਿਆ ਜਾਏਗਾ ਕਿ ਬਾਬਾ ਕੁੰਦਨ ਸਿੰਘ ਜੀ ਵਾਕਈ ਗੁਰੂ ਨਾਨਕ ਸੀ, ਵਾਕਈ ਰੱਬ ਸੀ।
ਨਿਤਨੇਮ ਤਾਂ ਸਾਡੇ ਦ੍ਰਿੜ ਨਹੀਂ, ਸੇਵਾ ਸਿਮਰਨ ਤਾਂ ਸਾਡਾ ਰਹਿ ਰਸਤਾ ਸਾਡੀ ਲੱਭਦੀ ਨਹੀਂ, ਸੋਦਰ ਤਾਂ ਲੱਭਦਾ ਹੀ ਨਹੀਂ, ਅੰਮ੍ਰਿਤ ਵੇਲਾ ਦਾ ਲੱਭਦਾ ਨਹੀਂ। ਦਿਦਾਰੇ ਦਰਸ਼ਨ ਦਿਦਾਰੇ ਜਿੰਨੇ ਮਰਜ਼ੀ ਕਰ ਲਓ, ਮੇਲ ਮਿਲਾਪ ਇਕੱਠ ਚ ਕਿੰਨੇ ਮਰਜ਼ੀ ਕਰ ਲਵੋ, ਨਾਮ ਦਾਨ ਇਸ਼ਨਾਨ ਦ੍ਰਿੜ ਕਰਾਉਣਾ, ਚਰਨਾ ਕਮਲਾਂ ਦੀ ਪ੍ਰੀਤੀ ਪ੍ਰੇਮ ਅਤੇ ਸ਼ਰਧਾ ਬਖਸ਼ਣੀ, ਦਰੋਂ ਕਰੋਂ ਪਾਓ ਭਗਤੀ ਭਾਵਨਾ ਬਖਸ਼ਣੀ, ਮੰਗੋ ਬਾਬਾ ਜੀ ਕੋਲ ਮਾਘ ਦਾ ਮਹੀਨਾ ਹੈ ਕਿ ਬਾਬਾ ਜੀ ਸਾਡੇ 'ਤੇ ਮਿਹਰ ਕਰ ਦਿਓ, ਭਿਖਾਰੀਆਂ ਦੀ ਝੋਲੀ ਵਿੱਚ ਇਹ ਦਾਤਾਂ ਪਾ ਦਿਓ, ਜਿਹੜੀਆਂ ਬੰਦਗੀ ਦੀਆਂ ਦਾਤਾਂ ਬਾਬਾ ਆਨੰਦ ਸਿੰਘ ਜੀ ਤੁਸੀਂ ਤੁਹਾਡੀ ਝੋਲੀ 'ਚ ਸੀ, ਧੰਨ ਬਾਬਾ ਈਸ਼ਰ ਸਿੰਘ ਜੀ ਤੁਹਾਡੀ ਜ਼ਿੰਦਗੀ 'ਚ ਤੁਹਾਡੀ ਝੋਲੀ ਵਿੱਚ ਸਨ ਜਿਹੜੀਆਂ ਸੇਵਾ ਸਿਮਰਨ, ਧੰਨ ਬਾਬਾ ਕੁੰਦਨ ਸਿੰਘ ਜੀ ਜਿਹੜੀਆਂ ਤੁਹਾਡੇ ਕੋਲ ਸੀ। ਅੱਜ ਬਾਬਾ ਕੁੰਦਨ ਸਿੰਘ ਦਾ ਬਾਗ ਕਿਉਂ ਵਧਿਆ ਫੁੱਲਿਆ, ਕਿਉਂ ਚਾਰੇ ਪਾਸੇ ਬਾਬਾ ਕੁੰਦਨ ਸਿੰਘ ਦੀ ਵਿਅੰਗ ਮਡਿਓਠੀਆਂ ਕਰ ਰਹੇ ਨੇ, ਥਾਂ ਥਾਂ 'ਤੇ ਬਾਬੇ ਕੁੰਦਨ ਸਿੰਘ ਦੀ ਠਾਠਾਂ ਦੇ ਸਕੂਲ ਨੇ, ਕਿਉਂ ਨੇ ਬਈ? ਉਹ ਜਿੰਨੀ ਵਾਰੀ ਗੁਰੂ ਕੋਲ ਆਉਂਦੇ ਸੀ ਨਾ, ਉਨੀ ਵਾਰੀ ਲੱਦ ਕੇ ਖਜ਼ਾਨਾ ਲੈ ਕੇ ਜਾਂਦੇ ਸੀ। ਲੁਧਿਆਣੇ ਦੇ ਸੰਘ ਵੱਡੇ ਵੱਡੇ ਭਾਂਡਿਆਂ 'ਚ ਪ੍ਰਸ਼ਾਦਾ ਲੈ ਕੇ ਆਉਂਦੇ ਹੁੰਦੇ ਸੀ ਇੱਥੇ, ਮੈਂ ਕਈ ਵਾਰੀ ਉਹਨਾਂ ਨਾਲ ਆਉਂਦਾ ਸੀ। ਮੈਂ ਕਿਹਾ ਬਲਦੇਵ ਸਿੰਘ ਤੁਸੀਂ ਇਹ ਨਾ ਸਮਝਿਓ ਕਿ ਅਸੀਂ ਟੱਪ ਦਾਲ ਦਾ ਬਣਾਇਆ, ਟੋਕਰਾ ਪ੍ਰਸ਼ਾਦਿਆਂ ਦਾ, ਵੱਡਾ ਭਾਂਡਾ ਜਿਹੜਾ ਹੈ ਉਹ ਖੀਰ ਦਾ ਬਣਾਇਆ, ਟੱਪ ਸਬਜ਼ੀ ਬਣਾਈ, ਇਹ ਨਾ ਸਮਝ ਚਾਰ ਪੰਜ ਟੱਪ ਭਰ ਕੇ ਅਸੀਂ ਗੱਡੀ ਭਰ ਕੇ ਲੈ ਕੇ ਚੱਲੇ ਨਾਨਕ ਸਰ, ਤੁਸੀਂ ਉੱਥੋਂ ਟੱਪ ਭਰ ਭਰ ਕੇ ਲਿਆਉਂਦੇ ਜੇ, ਗੱਡੀਆਂ ਭਰ ਭਰ ਕੇ ਤੁਸੀਂ ਲਿਆਉਂਦੇ ਜੇ, ਗੱਡੀ ਭਰ ਕੇ ਲੈ ਕੇ ਨਹੀਂ ਜਾਂਦੇ, ਇਹ ਤਾਂ ਦਾਣਾ ਅਣਪਾਣੀ ਹੈ ਹੀ ਉਹਨਾਂ ਦਾ। ਅਤੇ ਫਿਰ ਬਾਬਾ ਜੀ ਨੇ ਕਿੱਡੀਆਂ ਵੱਡੀਆਂ ਹੋਜਰੀਆਂ ਬਣਾ ਦੀਆਂ, ਜਿਹੜੇ ਸਾਈਕਲਾਂ 'ਤੇ ਮਾਲ ਢੋਂਦੇ ਸੀ, ਜਿਹੜੇ ਲੁਧਿਆਣੇ ਦਾਸ ਸੇਵਾ ਕਰਦਾ ਸੀ ਆਉਂਦੇ ਸਨ, ਦਾੜੀ 'ਚ ਫਸੇ ਹੁੰਦੇ ਸੀ, ਰੂਹ ਫਸੀ ਹੁੰਦੀ ਸੀ ਕਿ ਰਾਤ ਲਾਈ ਅੱਜ। ਅਤੇ ਜਦੋਂ ਭਜਨ ਸਿੰਘ ਰੋਇਲ ਫੈਕਟਰੀ ਦਾ ਮਾਲਕ ਬਣਿਆ, ਬੜੀ ਵੱਡੀ ਕੋਠੀ ਬਣਾ ਲਈ, ਮਹਿਲ ਬਣਾ ਲਿਆ ਭਾਈ ਰਣਜੀਤ ਸਿੰਘ ਨਗਰ 'ਚ ਸਭ ਤੋਂ ਵਧੀਆ ਇਲਾਕੇ 'ਚ, ਮੈਂ ਕਿਹਾ ਭਜਨ ਸਿੰਘ ਉਹ ਸਮਾਂ ਜਦੋਂ ਸਾਈਕਲ ਹੀ ਸੀ, ਦਾੜੀ 'ਚ ਵਾਲ ਫਸੇ ਹੁੰਦੇ, ਧਾਗੇ ਫਸੇ ਹੁੰਦੇ ਸੀ, ਆਪ ਰੰਗਾਉਂਦੇ ਸੀ ਥਾਨਾਂ ਨੂੰ, ਆਪ ਰਾਤ ਲਾ ਕੇ ਆਉਂਦਾ ਸੀ ਉਸ ਐਤਵਾਰ ਨੂੰ ਸਾਡੇ ਕੋਲ ਸਵੇਰੇ ਮੱਥਾ ਟੇਕਣ। ਬਾਬਾ ਜੀ ਨੇ ਭਿਖਾਰੀਆਂ ਨੂੰ ਰਾਜੀ, ਕੋਈ ਖਾਲੀ ਨਾ ਮੁੜਿਆ ਜੀ।
ਠੀਕ ਹੈ ਤੂੰ ਕਰਮ ਬੜੇ ਕਰਦਾ, ਧਰਮ ਬੜਾ ਕਮਾਉਣਾ, ਬੜਾ ਪ੍ਰਚਾਰ ਕੀਤਾ, ਬੜਾ ਕਿਰਪਾਨ ਫੜ ਕੇ ਸਿੰਘ ਸਾਹਿਬ ਵੀ ਬਣ ਜਾਣਾ, ਚੰਗੀ ਪਦਵੀ ਲੈ ਕੇ ਤੂੰ ਪ੍ਰਧਾਨ ਸਾਹਿਬ ਵੀ ਬਣ ਜਾਣਾ, ਚੰਗੇ ਚੰਗੇ ਮਾਣ ਪਾ ਕੇ ਤੂੰ ਸੰਤ ਵੀ ਬਣ ਜਾਣਾ, ਕੁਝ ਵੀ ਬਣ ਜਾਣਾ। ਕਹਿੰਦੇ ਜੇ ਤੇਰੇ ਅੰਦਰ ਭਗਤੀ ਨੀ ਨਾ, ਅੰਮ੍ਰਿਤ ਵੇਲਾ ਨੀ, ਸੰਧਿਆ ਦਾ ਵੇਲਾ ਨੀ, ਇਹ ਤੇਰਾ ਸਭ ਕੁਝ ਲੁੱਟਿਆ ਜਾਣਾ। ਖਿਆਲ ਰੱਖੀ, ਕਰਮ ਧਰਮ ਪਖੰਡ ਜੋ ਦੀਸੇ ਤਿੰਨ ਜੰਮ ਜਗਾਤੀ, ਲੁੱਟੇ ਲੁੱਟਿਆ ਜਾਏਗਾ। ਨਿਰਬਾਣ ਕੀਰਤਨ, ਜੇ ਤੇਰਾ ਬਾਣ ਦਾ ਕੀਰਤਨ ਹੈ ਨਾ ਕਿ ਪੈਸੇ ਲੈਣੇ ਆ ਤੇ ਕੀਰਤਨ ਕਰਨਾ ਹੈ, ਬਾਣ ਦਾ ਕੀਰਤਨ ਵੀ ਇਹਦੇ ਅਧੀਨ ਕੀਰਤਨ ਕਰਨਾ, ਆਉਂਦੇ ਅਧੀਨ ਕਰਨਾ ਹੈ। ਫਿਰ ਕਹਿੰਦੇ ਨਿਰਬਾਣ ਕੀਰਤਨ ਕਰ, ਥੋੜ੍ਹਾ ਹੀ ਕਰਕੇ ਤੂੰ ਛੁੱਟ ਜਾਵੇਂਗਾ। ਨਿਰਬਾਣ ਕੀਰਤਨ ਕਰਦੇ ਕਰ ਨਿਮਕ ਸਿਮਰ ਜੇ ਛੁੱਟੇ, ਉਹਨਾਂ ਨੇ ਕਿਹਾ ਖੱਟ ਕਰਮਾਂ ਤੇ ਦੁੱਗਣੇ, ਪੂਜਾ ਕਰਤਾ ਨਾ ਆਏ। ਜੇ ਤੂੰ ਭਾਵੇਂ ਕਿੰਨੇ ਮਰਜ਼ੀ ਕਰਮ ਕਰਦਾ, ਪੋਥੀਆਂ ਪੜ੍ਹਦਾ, ਬੜੇ ਪਾਠ ਕਰਦਾ, ਬੜੇ ਪ੍ਰਚਾਰ ਵੀ ਕਰ ਰਿਹਾ, ਪਰ ਆਪਦਾ ਅੰਮ੍ਰਿਤ ਵੇਲਾ ਸੰਭਾਲ, ਅੰਮ੍ਰਿਤ ਵੇਲੇ ਦੀ ਸੰਗਤ ਸਜਾਓ। ਭਾਵੇਂ ਤੁਹਾਡੇ 10 ਹੋਣ, 20 ਹੋਣ, ਇਕੱਠ ਦੀ ਨਹੀਂ ਲੋੜ, ਅੰਮ੍ਰਿਤ ਵੇਲੇ ਦੀ ਸੰਗਤ ਹੋਵੇ। ਭਾਵੇਂ 50 ਬੰਦੀ ਹੋਣ, ਅੰਮ੍ਰਿਤ ਵੇਲੇ ਦੀ ਸੰਗਤ, ਸ਼ਾਮ ਸੰਧਿਆ ਵੇਲੇ ਦੀ ਸੰਗਤ ਹੋਵੇ, ਭਾਵੇਂ ਥੋੜ੍ਹੀ ਹੋਣ, ਉਹਨੂੰ ਜਮਦੂਤ ਨਹੀਂ ਲੁੱਟ ਸਕਦੀ। ਉਹ ਤੇਰਾ ਕੀਰਤਨ ਕਥਾ ਡਿਊਟੀ ਦਰਗਾਹ ਤੱਕ ਜਾਏਗੀ। ਨਿਮਕ ਸਿਮਰਤ ਜਿਤ ਛੂਟੇ, ਬਾਬਾ ਜੀ ਨੇ ਜੋ ਇੱਥੇ ਅੰਮ੍ਰਿਤ ਨਾਨਕ ਸਰ ਦਾ ਕਿਉਂ ਪ੍ਰਤਾਪ ਹੈ ਕਿ ਇੱਥੇ ਇੱਕ ਪੈਰ ਰਾਤ ਰਹਿੰਦੀ ਸ਼ੁਰੂ ਕੀਰਤਨ ਹੋ ਜਾਂਦਾ, ਭਾਵ ਕਿ 3 ਘੰਟੇ ਰਾਤ ਵਿੱਚ ਰਹਿ ਗਏ ਹੈ ਨਾ। 7 ਵਜੇ ਦਿਨ ਚੜ੍ਹਨਾ, 4 ਵਜੇ ਕੀਰਤਨ ਸ਼ੁਰੂ ਹੋ ਜਾਣਾ, 6 ਵਜੇ ਦਿਨ ਚੜ੍ਹਨਾ ਅਤੇ 3 ਵਜੇ ਕੀਰਤਨ ਸ਼ੁਰੂ ਹੋ ਜਾਣਾ। ਇੱਕ ਪੈਰ ਰਾਤ ਰਹਿੰਦੀ ਜਿਸ ਧਾਰਮਿਕ ਸਥਾਨ 'ਤੇ ਕਥਾ ਕੀਰਤਨ ਸ਼ੁਰੂ ਹੋ ਜਾਂਦਾ, ਸ਼ਾਮ ਨੂੰ 3-4 ਘੰਟੇ ਜਿੱਥੇ ਕੀਰਤਨ ਕਥਾ ਰਹਿ ਰਸ ਹੁੰਦੀ, ਕਦੀ ਉਹ ਧਾਰਮਿਕ ਸਥਾਨ ਫੇਲ ਨਹੀਂ ਹੋਏਗਾ। ਜੈ ਜੈਕਾਰ ਹੋਏਗੀ, ਸਭ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਭਾਵੇਂ ਜੰਗਲ ਹੋਵੇ, ਭਾਵੇਂ ਕਹਿੰਦੇ ਸ਼ਮਸ਼ਾਨ ਘਾਟ ਹੀ ਹੋਵੇ, ਭਾਵੇਂ ਤੂੰ ਕਿੰਨਾ ਵੱਡਾ ਤੀਰਥ ਬਣਾ ਲਾ, ਜੇ ਉੱਥੇ ਕੀਰਤਨ ਕੀ ਸੰਗੀਆਂ ਦੇ ਘਰਾਂ 'ਚ ਜਾਈਦਾ ਜੀ, ਬੜਾ ਸੋਹਣਾ ਸੱਚਖੰਡ, ਬੜੀਆਂ ਫੋਟੋ, ਗੁਰਸਾਹਿਬ ਦੇ ਰੁਮਾਲੇ ਬੜੇ ਵਧੀਆ, ਉਹ ਦਿਖਾਉਂਦੇ ਆ ਸਾਨੂੰ ਜੀ ਆਹ ਸੱਚਖੰਡ ਬਣਾਇਆ। ਅਸੀਂ ਕਹਿੰਦੇ ਵਾਹ ਜੀ ਵਾਹ, ਬੜਾ ਸੋਹਣਾ, ਵਾਹ ਜੀ ਬੜੀ ਤੁਹਾਡੀ ਸੇਵਾ। ਕਈਆਂ ਨੂੰ ਤਾਂ ਬਾਅਦ ਹੀ ਆਦਤ ਹੁੰਦੀ ਹੈ, ਬਾਬਾ ਕੁਰਾਲੀ ਵਾਲੇ ਨੂੰ ਮੈਂ ਕਿਹਾ ਵੀ ਪੰਪ ਥੋੜ੍ਹੇ ਜਿਹੇ ਘੱਟ ਮਾਰਿਆ ਕਰ, ਜਿਹੜਾ ਕੋਈ ਬੈਠਦਾ ਉਹਦੀ ਮੈਂ ਕਿਤੇ ਜ਼ਿਆਦਾ ਨਹੀਂ ਫੜਾ ਦੀ ਕਿ ਉਹ ਕੀਰਤਨ ਕਰਨ ਤੋਂ ਪਹਿਲਾਂ ਹੀ ਪਾੜ ਜੇ। ਇਹ ਫਿਰ ਬੜੇ ਪਿਆਰ ਨਾਲ ਸਾਰਿਆਂ ਦੀ ਉਸਤਤ ਕਰਦੇ ਆ। ਦੂਜਾ ਮੈਂ ਕਿਹਾ ਵੀ ਟਾਈਮ ਆਪ ਤੁਸੀਂ ਜ਼ਿਆਦਾ ਲਾਉਂਦੇ, ਦੂਜਿਆਂ ਨੂੰ ਘੱਟ ਦਿੰਦੇ, ਥੋੜ੍ਹਾ ਜਿਹਾ ਵਧਾ ਦਿਓ ਟਾਈਮ ਰਾਗੀਆਂ ਦਾ। ਚਾਹ ਹੁੰਦਾ ਜਦੋਂ ਕਿਸੇ ਕੋਲ ਮੈਕ ਹੋਵੇ ਕਿ ਮੈਂ ਆਹ ਵੀ ਗੱਲ ਬਾਬਾ ਜੀ ਦੀ ਸੁਣਾ ਦਿਆਂ, ਆਹ ਵੀ ਸੁਣਾ ਦਿਆਂ, ਚਾਹ ਦੇ ਵਿੱਚ ਫਿਰ ਕਰਦਾ।
ਸਾਡਾ ਸਾਥ ਇਕੱਠਾ ਹੀ ਮੁੜ ਤੋਂ ਲੈ ਕੇ ਸਾਡੇ ਨਾਲ ਹੀ ਕੁਰਾਲੀ ਵਾਲਾ ਉੱਥੋਂ ਜਦੋਂ ਤੋਂ ਇਹ ਕਦੇ ਗੁਰਦੁਆਰੇ ਕਰਦਾ ਹੁੰਦਾ ਸੀ ਪਾਠ, ਮੈਂ ਕਿਹਾ ਨਿੱਕਾ ਜਿਹਾ ਮੁੰਡਾ ਵਧੀਆ ਕਰਦਾ, ਰਹਿ ਰਸ ਬੜਾ ਵਧੀਆ ਪਾਠ ਕਰਦਾ, ਰਾਜ ਪਾਠੀ ਹੁੰਦਾ ਸੀ ਉਹਦੇ ਕੋਲ, ਸ਼ਾਮ ਨੂੰ ਰਹਿ ਰਸ ਕਰਨੀ, ਫਿਰ ਮੈਨੂੰ ਚੰਗਾ ਲੱਗਿਆ, ਫਿਰ ਮੈਂ ਨਾਲ ਲੈ ਆਇਆ ਮੰਦਰਾਂ, ਫਿਰ ਮੰਦਰਾਂ ਨੇ ਜਦੋਂ ਨਾਨਕ ਸਰ ਮੇਰੇ ਨਾਲ ਆਇਆ ਇੱਥੋਂ ਦੇ ਦਰਸ਼ਨ ਦਾਰੇ ਕੀਤੇ, ਇਹਨੇ ਕਿਹਾ ਵੀ ਇਹਦਾ ਬਾਬਾ ਛੋਟਾ ਹੈ, ਨਾਨਕ ਸਰ ਬਾਬਾ ਬੜਾ ਵੱਡਾ ਹੈ, ਮੇਰੇ ਕੋਲ ਚੋਰੀ ਭੱਜ ਕੇ ਫਿਰ ਇੱਥੇ ਆ ਗਿਆ ਕਿ ਕਿਉਂ ਨਾ ਮੈਂ ਵੱਡੇ ਬਾਬੇ ਕੋਲ ਜਾਵਾਂ, ਬਾਬਾ ਜੀ ਕਹਿੰਦੇ ਸੁੱਖੀ ਆਏਗਾ ਤੈਨੂੰ ਰੱਖਾਂਗੇ। ਸਾਨੂੰ ਤਾਂ ਇੰਨਾ ਹੀ ਹੁੰਦਾ ਕਿ ਬਾਬਾ ਜੀ ਨਾਲ ਜੋੜ ਦਿਓ, ਜਿਵੇਂ ਮਰਜ਼ੀ ਹੈ ਕਿ ਉਹ ਇਸ ਘਰ ਨਾਲ ਜੁੜਿਆ ਰਹੇ, ਜਦੋਂ ਜਿਨ੍ਹਾਂ ਜਿਨ੍ਹਾਂ ਨੂੰ ਜੋੜਨਾ, ਪਹਿਰੇਦਾਰਾਂ ਨੂੰ, ਬਿਹੰਗਮਾਂ ਨੂੰ, ਜਦੋਂ ਉਹਨਾਂ ਨੂੰ ਦੇਖਣਾ ਬਾਬਾ ਜੀ ਦੇ ਕੋਲ ਇੱਥੇ ਸੇਵਾ ਡਿਊਟੀ ਕਰਦਿਆਂ, ਚਾਅ ਚੜ੍ਹ ਜਾਣਾ ਵੀ ਸਾਡੇ ਮੁਰਸ਼ਦ ਕੋਲ ਪਹੁੰਚ ਗਿਆ, ਸਾਡੇ ਮੁਰਸ਼ਦ ਦੇ ਸਥਾਨ 'ਤੇ ਪਹੁੰਚ ਗਿਆ, ਸੇਵਾ ਕਰਦੇ ਆ, ਅਤੇ ਬਾਬਾ ਜੀ ਆਪ ਹੀ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣ। ਇਹ ਵੱਡਾ ਕਮਾਲ ਇਹੀ ਹੈ ਕਿ ਜਿਹੜਾ ਮੇਰਾ ਸਰੀਰ ਹੈ ਨਹੀਂ ਕੁਝ ਕਰਨ ਵਾਲਾ, ਬਾਬਾ ਜੀ ਫਿਰ ਵੀ ਨਿਕੰਮੇ ਤੋਂ ਕੰਮ ਲੈ ਰਹੇ ਨੇ। ਉਹਨਾਂ ਨੇ ਕਹਿ ਹੀ ਦਿੱਤਾ ਸੀ ਕਿ ਕਮਲਿਆ ਨਹੀਂ ਕੰਮ ਲਿਆ, ਅਤੇ ਉਹਨਾਂ ਦੇ ਬਚਨ ਦੀ ਐਡੀ ਵੱਡੀ ਪਾਵਰ ਸੀ ਕਿ ਉਹ ਇੱਕ ਮੂਰਖਾਂ ਤੋਂ, ਕਮਲਿਆਂ ਤੋਂ ਕੰਮ ਲੈ ਰਹੇ ਨੇ, ਸੇਵਾ ਲੈ ਰਹੇ ਨੇ। ਗੁਰ ਕੀ ਮਾਤੂ ਲੈ ਆਣੇ ਭਗਤ ਬਿਨਾਂ ਬੋਡੂ ਬੇਸਿਆਣੇ। ਭਾਈ ਬਾਬਾ ਕੁੰਦਨ ਸਿੰਘ ਜੀ ਬਿਲਕੁਲ ਹਾਜ਼ਰ ਨਾਜ਼ਰੀ ਪ੍ਰਤੱਖ ਨਹੀਂ, ਬਸ ਸੇਵਾ ਦੀ ਲੋਚਾ ਕਰ, ਨਾ ਤਰਸੋ ਬਾਹਰੀਆਂ ਮਾਇਆ ਨੂੰ, ਪਦਾਰਥਾਂ ਨੂੰ, ਬਲੈਤਾਂ ਨੂੰ, ਬਸ ਆਪਦੇ ਮੁਰਸ਼ਦ ਨੂੰ ਰਜਾ ਲਵੋ, ਸਾਰੀ ਦੁਨੀਆ ਰੀਝ ਜਾਏਗੀ। ਜੇ ਰੱਬ ਨਾ ਰੀਝਿਆ ਤਾਂ ਕੋਈ ਵੀ ਨਹੀਂ ਰੀਝੇਗਾ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਆਦ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਚਿੱਤ ਆਵੇ ਤਾਂ ਸੇਵਾ। ਆਹ ਦੋ ਗੱਲਾਂ ਜ਼ਰੂਰ, ਕਿਉਂਕਿ ਦਾਸ ਨੂੰ ਬਾਬਾ ਜੀ ਨੇ ਕਿਹਾ ਸੀ ਕਿ ਇਹ ਦੋ ਗੱਲਾਂ ਨਹੀਂ ਤੂੰ ਛੱਡਣੀਆਂ, ਇੱਕ ਅੰਮ੍ਰਿਤ ਵੇਲੇ ਦਾ, ਇੱਕ ਸ਼ਾਮ ਦਾ। ਉਹਨਾਂ ਦੇ ਬਚਨਾਂ ਅਨੁਸਾਰ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ ਕਿ ਦੋ ਵੇਲਿਆਂ ਪਿੱਛੇ ਮਰ ਜਾਇਆ ਕਰੋ। ਹੁਣ ਅਸੀਂ ਇੱਥੇ ਵੀ ਟਾਈਮ ਲਾਉਣਾ ਹੈ, ਸਾਨੂੰ ਹੁਣ ਚਿੰਤਾ ਹੈ ਵੀ ਸਵੇਰ ਦਾ ਵੀ ਕੀਰਤਨ ਜ਼ਰੂਰ ਜਾ ਕੇ ਹਾਜ਼ਰੀ ਭਰਨੀ, ਭਾਵੇਂ ਅੱਧਾ ਘੰਟਾ ਹੀ ਕਰੀਏ, 7 ਵਜੇ ਪਹੁੰਚ ਜਾਈਏ ਦਿੱਲੀ, 7:30 ਪਹੁੰਚ ਜਾਈਏ, 6 ਵਜੇ ਪਹੁੰਚ ਜਾਈਏ, ਜਾ ਕੇ ਇਸ਼ਨਾਨ ਕਰ ਲਿਆ ਜਿਵੇਂ ਹੁਣ ਇੱਥੋਂ ਡਿਊਟੀ ਕਰਕੇ, ਫਿਰ ਉੱਥੇ ਜਾ ਕੇ ਅੰਮ੍ਰਿਤ ਵੇਲਾ, ਕਈ ਵਾਰੀ ਸ਼ਾਮ ਨੂੰ ਰਹਿ ਰਸ ਵੇਲੇ ਲੇਟ ਹੋ ਜਾਈਦਾ, ਪਰ ਉਹ ਲੇਟ 20 ਘੰਟਾ ਭਾਵੇਂ ਪਹੁੰਚ ਜਾਓ, 1.5 ਘੰਟਾ, ਦੋਨਾਂ ਦਾ ਬਚਨ ਕਿ ਛੱਡਣੇ ਨਹੀਂ, ਦੋਨੋਂ ਵਕਤ, ਦੋਨੋਂ ਵਕਤ ਸੰਭਾਲੇ। ਜੇ ਬਾਬਾ ਜੀ ਦੇ ਚਰਨਾਂ ਨਾਲ ਪਿਆਰ, ਤੁਸੀਂ ਦੋਵੇਂ ਵਕਤ ਸੰਭਾਲਿਓ, ਬਾਬਾ ਜੀ ਤੁਹਾਨੂੰ ਦੋਨਾਂ ਲੋਕਾਂ 'ਚ ਸੰਭਾਲਣਗੇ, ਦੋਨਾਂ ਲੋਕਾਂ ਦੇ ਸੁੱਖ ਦੇਣਗੇ। ਇਹ ਲੋਕੇ ਸੁੱਖ ਪਾਇਆ, ਕਹਿੰਦੇ ਨੇ ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਗੁਰੂ ਸੇਵਕ ਤੇ ਸਦਾ ਹੀ ਦਿਆਲ। ਅਤੇ ਗੁਰੂ ਕੀ ਕੱਢਦਾ ਸਿੱਖ ਵਿੱਚੋਂ, ਦੁਰਮਤ ਮਾਰ ਹੀਰੇ, ਗੁਰਬਚਨੀ ਹਰ ਨਾਮ ਉਚਰੇ। ਸਤਿਗੁਰ ਸਿੱਖ ਕੇ ਬੰਦਾ ਜਿਨ੍ਹਾਂ ਦੀਆਂ ਵਡਿਆਈਆਂ ਕਰ ਰਿਹਾ ਬਾਬਾ ਕੁੰਦਨ ਸਿੰਘ ਦੀਆਂ, ਉਹਨਾਂ ਦੇ ਜੀਵਨ ਦੇ ਕੀ ਨੇਮ ਸੀ,
ਉਹਨਾਂ ਨੂੰ ਯਾਦ ਕਰਨ ਦਾ ਮਤਲਬ ਕੀ ਹੈ ਕਿ ਉਹਨਾਂ ਸਾਰੀ ਜਿੰਦ ਸੇਵਾ 'ਤੇ ਲਾ ਦੇ। ਬਚਨ ਸੁਣਾਇਆ ਸੀ ਜਿਸ ਦਿਨ ਪਾਠ ਸ਼ੁਰੂ ਹੋਏ ਨੇ ਕਿ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਸਰੀਰ 'ਤੇ ਅਟੈਕ ਆ ਗਿਆ, ਬੇਹੋਸ਼ੀ ਹੋ ਗਈ, ਸਾਰਿਆਂ ਪੈ ਸੇਵਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਸਾਰੇ ਡਾਕਟਰ ਵੀ ਪਹੁੰਚ ਗਏ, ਸਾਰੇ ਕਹਿਣ ਬਾਬਾ ਜੀ ਨੂੰ ਲੈ ਜਾਓ ਜਲੰਧਰ ਲੈ ਜਾਓ ਪੁਰੂਥੀ ਦੇ ਹੋਸਪਿਟਲ 'ਚ। ਚਲੋ ਬਾਬਾ ਜੀ ਕਿਵੇਂ ਵੀ ਪੂਰੀ ਬੇਹੋਸ਼ੀ ਵੀ ਨਹੀਂ ਸੀ, ਬਾਬਾ ਜੀ ਨੂੰ ਪੁੱਛਿਆ ਜੀ ਬਾਬਾ ਜੀ ਡਾਕਟਰ ਦੇ ਜਾਣਾ ਹੈ। ਬਾਬਾ ਜੀ ਖਮੋਸ਼ ਸੀ, ਨਾ ਹਾਂ ਨਾ ਬਾਬਾ ਜੀ, ਬਾਬਾ ਜੀ ਆਪਣੇ ਮਾਲਕ ਨਾਲ ਜੁੜੇ ਹੋਏ ਸੀ। ਸੇਵਾਦਾਰ ਸਾਰੇ ਸਲਾਹ ਕਰਕੇ ਡਾਕਟਰ ਬੇਹੰਗਮ ਪੁਰੂਥੀ ਹੋਸਪਿਟਲ ਵਿੱਚ ਜਲੰਧਰ ਲੈ ਗਏ। ਚਲੋ ਉੱਥੇ ਬਾਬਾ ਜੀ ਦਾ ਇਲਾਜ ਸ਼ੁਰੂ ਹੋਇਆ। ਇੱਕ ਦਿਨ ਬਾਬਾ ਜੀ ਕੁਝ ਸਰੀਰ ਦੀ ਹੋਸ਼ ਵਿੱਚ ਆਏ, ਦਵਾਈਆਂ ਦਵਾਈਆਂ ਚੱਲੀਆਂ, ਉੱਠ ਕੇ ਬਹਿ ਗਏ ਅਤੇ ਅੱਖਾਂ ਲਾਲ ਕਰਕੇ ਸਦੋ ਨੂੰ, ਸਦੋ ਮਾਸਟਰ ਨੂੰ, ਸਦੋ ਨੂੰ ਡਾਕਟਰ ਨੂੰ, ਉਸ ਨੂੰ ਸਦੋ, ਗੁਰਮੇਲ ਨੂੰ ਸਦੋ, ਸਾਰਿਆਂ ਨੂੰ ਸਾ ਕੇ ਕਹਿੰਦੇ ਕਿਉਂ ਲੈ ਕੇ ਆਏ ਸਾਨੂੰ ਤੁਸੀਂ ਇੱਥੇ? ਬਾਬਾ ਜੀ ਸਾਨੂੰ ਤਾੜਨਾ ਕਰਦੇ, ਤੂੰ ਹੋਸਪਿਟਲ ਆਇਆ ਕਿਉਂ? ਉੱਥੇ ਮਰ ਜਾਣਾ ਸੀ, ਇੱਥੇ ਲਿਖ ਕੇ ਦਿਓ ਮੈਂ ਨਹੀਂ ਆਇਆ, ਤੁਸੀਂ ਮੈਨੂੰ ਚੱਕ ਕੇ ਲਿਆਏ, ਨਾ ਮੈਂ ਕਿਹਾ ਮੈਨੂੰ ਹੋਸਪਿਟਲ ਲੈ ਜਾਓ, ਤੁਸੀਂ ਮੈਨੂੰ ਕਿਉਂ ਲਿਆਏ ਜੀ? ਬਾਬਾ ਜੀ ਨੇ ਬੜੀ ਤਾੜਨਾ ਕੀਤੀ, ਕਹਿਣ ਹੁਣੇ ਬੁਲਾਓ ਫੋਨ ਕਰਕੇ ਉਸ ਬੰਦੇ ਨੂੰ ਹੁਣੇ ਸਦੋ ਜਿਹੜੇ ਜਿਹੜੇ ਸ਼ਾਮਿਲ ਸੀ। ਬਾਬਾ ਜੀ ਨੇ ਪੂਰੀ ਕਲਾਸ ਲਾਈ, ਕਹਿੰਦੇ ਕਾਗਜ਼ ਲਿਆਓ, ਪੈਨ ਲਿਆਓ, ਲਿਖੋ ਸਾਰੇ ਕਿ ਸਾਡੀ ਗਲਤੀ ਇਹ, ਅਸੀਂ ਲੈ ਕੇ ਆਏ ਹਾਂ, ਮੈਂ ਆਪਦੇ ਜਾਨ ਪ੍ਰਾਣ ਦੇ ਨਾਲ ਸੇਵਾ ਨਿਭਾਉਣੀ ਨਾਨਕ ਸਾਹਿਬ। ਬਾਬਾ ਜੀ ਸਾਰਿਆਂ ਤੋਂ ਲਿਖਾਇਆ ਉਸ ਸਮੇਂ, ਨਾਲ ਹੀ ਫਿਰ ਬਾਬਾ ਜੀ ਕਹਿੰਦੇ ਵੀ ਜਿਹੜੇ ਜਿਹਨਾਂ ਨੇ ਸਾਰੇ ਪੁੱਛੋ ਸਾਹਿਬ ਚੱਲੋ ਉੱਥੇ ਜਾਣਾ ਆਪਾਂ। ਸੇਵਾਦਾਰ ਕਹਿੰਦੇ ਕਿਹਾ ਜੀ ਪੁੱਛੋ, ਬਾਬਾ ਖੇਮ ਸਿੰਘ ਜੀ ਨਹੀਂ, ਬਾਬਾ ਜੀ ਨਹੀਂ ਹੈਗੇ ਉੱਥੇ? ਬਾਬਾ ਜੀ ਕਹਿੰਦੇ ਨਹੀਂ, ਬਾਬਾ ਜੀ ਉੱਥੇ ਆ। ਫਿਰ ਉਹਨਾਂ ਨੇ ਕਿਹਾ ਜੀ ਅਸੀਂ ਫੋਨ ਕਰਕੇ ਪਤਾ ਕੀਤਾ ਕਿ ਬਾਬਾ ਜੀ ਦਿੱਲੀ ਨੇ। ਬਾਬੇ ਜੀ ਨਹੀਂ, ਬਾਬਾ ਜੀ ਪੁੱਛੋ ਨਹੀਂ। ਸੇਵਾਦਾਰ ਵਾਰ ਵਾਰ ਕਹਿਣ, ਬਾਬਾ ਜੀ ਵਾਰ ਵਾਰ ਕਹਿਣ ਕਿ ਉੱਥੇ ਆ। ਫਿਰ ਪਤਾ ਲੱਗਿਆ ਕਿ ਬਾਬਾ ਜੀ ਤਾਂ ਕਹਿੰਦੇ ਆ ਵੀ ਬਾਬਾ ਮਹਾਨਾਮ ਸਿੰਘ ਜੀ ਮਹਾਰਾਜ ਗੱਦੀ ਦੇ ਮਾਲਕ ਪੁੱਛੋ ਵਿੱਚ ਹੀ ਨੇ। ਬਾਬਾ ਖੇਮ ਸਿੰਘ ਜੀ ਦਿੱਲੀ ਸੀ ਵੀ ਜਾਣਾ ਹੈ। ਉਹਨਾਂ ਨੂੰ ਫੋਨ ਕੀਤਾ ਜੀ, ਬਾਬਾ ਕੁੰਦਨ ਸਿੰਘ ਮਹਾਰਾਜ ਆ ਰਹੇ, ਉਹਨਾਂ ਕਿ ਵੀ ਇਸ ਤਰ੍ਹਾਂ ਸਤਿਕਾਰ ਕਰਿਓ, ਸਾਰਿਆਂ ਨੂੰ ਜਲ ਪਾਣੀ ਛਕਾਇਓ, ਦਰਸ਼ਨ ਕਰਾ ਦਿਆ ਜੀ, ਗੱਦੀ ਸਾਹਿਬ ਮੱਥਾ ਟਿਕਾ ਦਿਆ ਜੀ। ਬਾਬਾ ਜੀ ਉੱਥੇ ਪਹੁੰਚ ਗਏ, ਸਾਰੇ ਬਿਹੰਗ ਮਨਾਲ ਨੇ। ਮੇਰੇ ਕੋਲ ਬੱਸ ਸੀ, ਪਿੱਛੇ ਉਹਦੇ ਸੀਟ ਸੀ ਸੌਣ ਵਾਲੀ। ਮੈਨੂੰ ਫੋਨ ਕੀਤਾ ਮਾਸਟਰ ਜੀ ਉਹਨਾਂ ਨੇ, ਵੀਰ ਜੀ ਉਹਨਾਂ ਨੇ ਵੀ ਛੇਤੀ ਬੱਸ ਲੈ ਕੇ ਪਹੁੰਚ ਜਾਓ ਨਕੋਦਰ ਵਾਲਿਆਂ ਨੇ, ਕਿ ਬਾਬਾ ਜੀ ਨੇ ਜਾਣਾ ਹੈ, ਪੁੱਛੋ। ਅਸੀਂ ਜਿੱਥੇ ਵੀ ਹੈਗੇ ਸੀ ਉੱਥੇ ਹੀ ਮੋੜ ਬੱਸ ਮੋੜ ਦੀ ਬੱਸ ਜਲੰਧਰ ਪਹੁੰਚ ਗਏ। ਡਾਕਟਰ ਕਹਿੰਦੇ ਜੀ ਤੁਸੀਂ ਪੁੱਛੋ ਨਹੀਂ ਜਾ ਸਕਦੇ, ਪੇਸਮੇਕਰ ਵਗੈਰਾ ਸਾਰਾ ਤੁਹਾਡੇ ਪਾਇਆ ਹੈ, ਜਿਹਦੀ ਸੰਭਾਲ ਕਰਨੀ ਇੰਨਾ ਚਿਰ ਰੈਸਟ ਹੈ।
ਬਾਬੇ ਕਹਿੰਦੇ ਨਹੀਂ ਅਸੀਂ ਪੁੱਛੋ ਜਾਣਾ। ਉਹਨਾਂ ਫਿਰ ਡਾਕਟਰਾਂ ਦੀ ਟੀਮ ਨਾਲ ਕਰਕੇ ਸਾਰੀ ਉਵੇਂ ਬੋਤਲਾਂ ਬਾਤਲਾਂ ਲੱਗੀਆਂ ਨਾਲ, ਗੁਲੂਕੋਸ਼ ਵਗੈਰਾ, ਹਾਰਟ ਵਾਲੀ ਮਸ਼ੀਨ, ਦਿਲ ਵਾਲੀ ਉਹ ਵੀ ਨਾਲ ਲਾਈ, ਬੀ ਪੀ ਵਾਲੀ, ਉਵੇਂ ਫਿਰ ਸਾਰਾ ਬਣਾ ਕੇ ਜਿਵੇਂ ਐਂਬੂਲੈਂਸ ਵਿੱਚ ਹੁੰਦਾ ਉਵੇਂ ਬਾਬਾ ਜੀ ਫਿਰ ਪੁੱਛੋ ਗਏ। ਉੱਥੇ ਫਿਰ ਬਾਬਾ ਜੀ ਨੇ ਮੱਥਾ ਟੇਕਿਆ ਗੱਦੀ ਸਾਹਿਬ ਤੇ, ਕਹਿੰਦੇ ਅਰਦਾਸ ਕਰੋ ਦਾਸ ਨੂੰ ਤੇ ਨਕੋਦਰ ਵਾਲੇ ਸੰਤਾਂ ਨੂੰ। ਬਾਬਾ ਜੀ ਨੇ ਕਿਹਾ ਵੀ ਤੁਸੀਂ ਦੋਨੋਂ ਜਣੇ ਅੰਦਰ ਅਰਦਾਸ ਕਰੋ ਬਾਬਾ ਜੀ ਕੋਲ, ਤੇ ਸਾਰੇ ਭੁੱਲ ਮੰਗੋ ਕਿ ਅਸੀਂ ਇਸ ਚੀਜ਼ ਦੀ ਵੀ ਸਾਡੇ ਕੋਲ ਇਹ ਗਲਤੀ ਹੋ ਗਈ, ਅਸੀਂ ਲਿਆਏ ਹਾਂ ਉੱਥੇ ਬਾਬਾ ਜੀ ਨੂੰ। ਚਲੋ ਕੁਝ ਵੀ ਬਾਬਾ ਜੀ ਜਾਣਦੇ ਅੰਦਰ ਦੀਆਂ, ਕੀ ਉਹਨਾਂ ਦੀ ਰਮਜਾਂ ਨੇ, ਕੀ ਉਹਨਾਂ ਦੇ ਰਾਜ। ਸਾਰਿਆਂ ਨੇ ਉੱਥੇ ਫਿਰ ਮੱਥਾ ਟੇਕਿਆ, ਅਰਦਾਸ ਕੀਤੀ, ਵਾਪਸ ਆ ਗਏ। ਮਾਘ ਦਾ ਮਹੀਨਾ ਸੀ ਤੇ ਇੱਥੋਂ ਨਾਨਕਸਰ ਦੇ ਅੱਗੋਂ ਹੀ ਲੰਘਣਾ ਸੀ। ਇੱਥੋਂ ਸਾਰਿਆਂ ਨੂੰ ਪਤਾ ਲੱਗਿਆ, ਸੰਤ ਭਜਨ ਸੁਣੀ ਜਿੰਨੇ ਬਿਹੰਗਮ, ਕਿ ਬਾਬਾ ਜੀ ਇੱਥੋਂ ਲੰਘ ਰਹੇ ਨੇ। ਜਲੰਧਰ ਵਾਪਸੀ ਬਾਬਾ ਜੀ ਨੇ ਪੱਕਾ ਕਰਕੇ ਭੇਜਿਆ ਸੀ, ਵਾਪਸ ਹੋਸਪਿਟਲ ਹੀ ਆਉਣਾ। ਬਾਬਾ ਜੀ ਬਹੁਤ ਜ਼ੋਰ ਉਹਨਾਂ ਨੂੰ ਲਾਉਂਦੇ ਸੀ ਵੀ ਮੈਨੂੰ ਨਾਨਕਸਰ ਲੈ ਜਾਓ, ਨਾਨਕਸਰ ਚਲੋ। ਅਤੇ ਉਹ ਫਿਰ ਕਹਿੰਦੇ ਸੀ ਵੀ ਅਜੇ ਨਹੀਂ ਜਾ ਸਕਦੇ। ਇੱਥੇ ਫਿਰ ਸਾਰੇ ਬਿਹੰਗਮ ਚਲੇ ਗਏ, ਸੰਤ ਭਜਨ ਸੁਣੀ ਸੰਗਤਾਂ। ਮਾਘ ਦਾ ਮਹੀਨਾ ਉੱਥੇ ਪੂਰੀ ਬਾਸੜ ਦਾ ਜਿਹੜਾ ਸੀ ਇਹ ਭਰ ਗਿਆ ਸੰਗਤ ਨਾਲ, ਸੰਤ ਭਜਨ ਸੁਣੀ ਸਾਰੇ। ਹੁਣ ਜਿਵੇਂ ਜਿਵੇਂ ਬਾਬਾ ਜੀ ਨੂੰ ਮੱਥਾ ਟੇਕਦੇ ਆ, ਸੇਵਾਦਾਰ ਤਾਂ ਘੱਟ ਰੋਂਦੇ ਆ, ਬਾਬਾ ਜੀ ਜ਼ਿਆਦਾ। ਸੰਤ ਭਜਨ ਸੁਣੀ ਬੜੀ ਭੁੱਬ ਮਾਰੀ ਬਾਬਾ ਜੀ ਨੇ, ਉਸ ਤੋਂ ਵੱਧ ਭੁੱਬ ਮਾਰੀ, ਕਿ ਜੇ ਸਾਡਾ ਪਿਆਰ ਹੈ ਬਾਬਾ ਜੀ ਨਾਲ ਤਾਂ ਬਾਬਾ ਜੀ ਦਾ ਵੀ ਸਾਡੇ ਨਾਲ ਉਸ ਤੋਂ ਦੁੱਗਣਾ ਪਿਆਰ ਹੈ। ਸਾਰੇ ਕਹਿੰਦੇ ਬਾਬਾ ਜੀ ਨਾਨਕਸਰ ਚੱਲੋ, ਕੋਲੋਂ ਸੇਵਾਦਾਰ ਬੋਲਦੇ ਨਹੀਂ ਨਹੀਂ ਅਸੀਂ ਉੱਥੇ ਜਾਣਾ, ਡਾਕਟਰ ਬੋਲਦੇ ਸੀ ਨਹੀਂ ਉੱਥੇ ਕਹਿ ਕੇ ਆਇਆ ਜ਼ਰੂਰੀ ਜਾਣਾ। ਬਾਬਾ ਜੀ ਖਮੋਸ਼ ਸੀ, ਬਾਬਾ ਜੀ ਦਾ ਕਿੰਨੀ ਵਾਰੀ ਪਤਾ ਸਾਰੇ ਬਿੰਗਵਾਂ ਨੂੰ ਕਿ ਇੰਨੇ ਵਿਰਾਗੀ ਹੋ ਗਏ ਸਨ ਪਿਛਲੇ ਸਾਲ 'ਚ ਕਿ ਸੇਵਾਦਾਰ ਨੂੰ ਕੋਲ ਪਰਨਾ ਲੈ ਕੇ ਬਹਿਣਾ ਪੈਂਦਾ ਸੀ ਬਾਬਾ ਜੀ ਦੇ ਆਂਸੂ ਪੂੰਜਣ ਵਾਸਤੇ। ਮਾਸਟਰ ਜੀ ਹੋਣੀ, ਬੀਰੀ ਹੋਣੀ, ਆਪਣੇ ਨੀਲੀ ਮਲਕੀਤ ਅਗਲਾਬੋ ਸੀ ਜਿਹੜੇ ਉੱਥੇ ਆਪਣੇ ਅੰਸ਼ੀ ਬੋਲਣੇ, ਸਾਰਿਆਂ ਨੂੰ ਪਤਾ ਹੈ, ਕਿਸੇ ਨੂੰ ਭੁੱਲ ਨਹੀਂ ਕਿ ਬਾਬਾ ਜੀ ਦੇ ਅੱਖਾਂ ਦਾ ਜਲ ਕਿੰਨੀ ਕੁ ਵਾਰੀ ਉਹ ਪੂੰਜਦੇ ਸੀ, ਉਹ ਕਿਹੜਾ ਜਲ ਸੀ ਆਖੋ ਸੀ, ਉਹ ਕਿਹੜਾ, ਉਹਨਾਂ ਨੂੰ ਕੋਈ ਮਾਇਆ ਦਾ ਘਾਟਾ ਸੀ, ਉਹਨਾਂ ਨੂੰ ਸੁੱਖਾਂ ਦਾ ਘਾਟਾ ਸੀ, ਸੇਵਕਾਂ ਦਾ ਪਦਾਰਥਾਂ ਦਾ ਘਾਟਾ ਸੀ, ਉਹ ਤਾਂ ਉਹੀ ਜਾਣਦੇ ਸੀ ਉਹ ਕਿਹੜਾ ਵਿਰਾਗ ਕਰ ਰਹੇ ਨੇ। ਬਾਬਾ ਜੀ ਅਰਦਾਸ ਕਰਦਿਆਂ ਕਿੰਨੀ ਕਿੰਨੀ ਦੇਰ ਨਹੀਂ ਰੁਕ ਜਾਂਦੇ ਸੀ, ਬੋਲ ਹੀ ਨਹੀਂ ਨਿਕਲਦਾ ਸੀ ਜਦੋਂ ਬਾਬਾ ਜੀ ਨੂੰ ਕਹਿੰਦੇ ਸੀ ਜੀ ਬਖਸ਼ ਲਵੋ ਪਿਛਲੀਆਂ ਗਲਤੀਆਂ, ਬਖਸ਼ ਲਵੋ। ਸਤ ਅਪਰਾਧ ਕਰਦੇ ਉੱਥੇ ਵਿਰਾਗ ਛਿੜ ਪੈਂਦਾ ਸੀ। ਹੁਕਮਨਾਮੇ ਵਿੱਚ ਆਵਾਜ਼ ਨਹੀਂ ਨਿਕਲਦੀ ਸੀ ਕਿੰਨੀ ਕਿੰਨੀ ਦੇਰ, ਬਾਬਾ ਫਰੀਦ ਜੀ ਵਾਲੀਆਂ ਸਰੀਰ ਤੇ ਕਠਿਨਾਈਆਂ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਉਹੋ ਜਿਹਾ ਸਰੀਰ ਬਣਾ ਲਿਆ ਸੀ, ਤਨ ਸੁੱਕਾ ਕਹਿਣਾ ਸੁੱਕਾ ਹੈ, ਪਿੰਜਰ ਥੀਆ ਤਲੀਆਂ ਖੁੰਡੇ ਖਾਕ ਬੜੇ ਅਜੇ ਸਰਾਬ ਨਾ ਬੋੜਿਓ
ਦੇਖ ਬੰਦੇ ਦੇ ਤਨ ਸੁਖਾ ਪਿੰਜਰੀਆ ਤਨ ਸੁਖਾ ਸਾਰੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ। ਜੇ ਬੈਰਾਗੀ ਸਰੀਰ ਅਸੀਂ ਦੇਖਿਆ ਨਾ ਤੇ ਬਾਬਾ ਕੁੰਦਨ ਸਿੰਘ ਜੀ ਵਰਗਾ ਬੈਰਾਗੀ ਨਹੀਂ ਦੇਖਿਆ ਜਿਨ੍ਹਾਂ ਦੇ ਪੂਰਾ ਸਾਲ ਆਂਸੂ ਨਹੀਂ ਟਿਕੇ। ਅਖੀਰਲੇ ਸਮੇਂ 'ਚ ਬਾਬਾ ਜੀ ਸਾਰੇ ਰੋ ਰਹੇ ਸੀ। ਬਾਬਾ ਜੀ ਬੱਸ ਵਿੱਚ, ਉਹਨਾਂ ਨੇ ਕਿਹਾ ਜੀ ਬੱਸ ਤੋਰੋ ਬੱਸ ਤੋਰੋ। ਸੇਵਕਾਂ ਦੇ ਆਰਡਰ ਚੱਲਦੇ ਸੀ। ਪਿਛਲੇ ਸਮੇਂ 'ਚ ਸਾਲ 'ਚ ਬਾਬਾ ਕੁੰਦਨ ਸਿੰਘ ਜੀ ਨਹੀਂ ਜਾਂਦੇ ਸੀ ਕਿਸੇ ਘਰ ਚਰਨ ਪਾਉਣ। ਸੇਵਕਾਂ ਦੀ ਮਰਜ਼ੀ ਚੱਲਦੀ ਸੀ ਕਿਹੜੇ ਘਰ ਲੈ ਕੇ ਜਾਣਾ, ਕਿੱਧਰ ਨਹੀਂ ਲੈ ਕੇ ਜਾਣਾ। ਬਾਬਾ ਖੇਮ ਸਿੰਘ ਜੀ ਨੇ ਵੀ ਕਿਹਾ ਸੀ ਵੀ ਹੁਣ ਬਾਬਾ ਕੁੰਦਨ ਸਿੰਘ ਦਾ ਸਰੀਰ ਆਪਣੇ ਹੱਥ ਨਹੀਂ, ਮੈਨੂੰ ਖੁਦ ਕਿਹਾ, ਸੇਵਕਾਂ ਦੇ ਹੱਥ ਹੈ। ਉਹਨਾਂ ਨੂੰ ਘਸੀਟੋਣਾ, ਇਹਨਾਂ ਖਿੱਚੋਣਾ, ਉਹਨਾਂ ਦੀ ਇਸ ਸਮੇਂ ਹੈ ਨਹੀਂ। ਇੱਕ ਵਾਰੀ ਬਾਬਾ ਜੀ ਸਾਲ ਦੋ ਸਾਲ ਨਹੀਂ ਵੀ ਗਏ ਸੀ, ਕਿਤੇ ਨਹੀਂ ਗਏ ਸੀ, ਲੈਣ ਹੀ ਨਹੀਂ ਲੰਘੇ ਸੀ।
ਇੱਥੇ ਗੋਲੀ ਚੱਲਦੀ ਸੀ, ਉਸ ਤੋਂ ਬਾਅਦ ਕੁਛ ਸਮਾਂ ਬਾਬਾ ਜੀ ਨੇ ਪਤਾ ਨਹੀਂ ਕਿੰਨੇ ਸਾਲ ਲੈਣ ਹੀ ਨਹੀਂ ਲੰਘੇ, ਇੱਥੇ ਹੀ ਰਹੇ ਸਨ ਵੀ ਹੁਣ ਸੇਵਕਾਂ ਦੇ ਹੱਥ ਵੱਸ ਇਹ ਮਰਜ਼ੀ ਨਾ ਕਰੋ, ਬਾਬਾ ਜੀ ਦੀ ਰਜ਼ਾ ਤੇ ਰਹੋ, ਜਿਵੇਂ ਉਹ ਕਹਿੰਦੇ ਉਵੇਂ ਕਰੋ। ਸੰਤ ਭਜਨ ਸਿੰਘ ਵੀ ਵਿਰਾਗੀ ਸੀ, ਵੱਡੇ ਬਾਬਾ ਭਜਨ ਸਿੰਘ ਜੀ, ਉਹ ਵੀ ਬਾਬਾ ਜੀ ਤੋਂ ਬਾਅਦ 40 ਦਿਨ ਮੈਂ ਕਹਿੰਦਾ ਵੀ ਕਿਹੜਾ ਸੰਗੀ ਆਇਆ, ਕੌਣ ਆਇਆ ਸੰਤ ਭਜਨ ਸਿੰਘ ਦੀ ਕਿਤੇ ਆਂਸੂ ਸੁੱਕੇ ਹੋਣ। ਮਾਇਆ ਪਿੱਛੇ ਰੋਂਦੀ ਵੇਖੀ ਦੁਨੀਆ, ਧੀਆਂ ਪੁੱਤਰਾਂ ਪਿੱਛੇ ਰੋਂਦੀ ਵੇਖੀ, ਜੀਣ ਪਿੱਛੇ ਰੋਂਦੇ ਵੇਖਿਆ, ਪਰ ਮੈਂ ਉਸ ਮਾਲਕ ਪਿੱਛੇ ਰੋਂਦੇ ਦੋ ਮਹਾਂਪੁਰਸ਼ੀ ਤੱਕੇ ਨੇ ਆਖੋ ਸੀ, ਜਿੰਨਾ ਚੱਤ ਦਾ ਵਿਰਾਗ ਪੈਦਾ ਹੋ ਗਿਆ ਸੀ। ਸਾਡੇ ਉਸਤਾਦ ਜੀ ਬਾਬਾ ਕੇਸ ਸਿੰਘ ਜੀ, ਉਹਨਾਂ ਦਾ ਕੀਰਤਨ ਹੀ ਬੜਾ ਵਿਰਾਗੀ ਸੀ, ਬੜੇ ਜੁੜੀ ਹੋਈ ਰੂਹ ਸੀ। ਹੋਰ ਵੀ ਬੜੇ ਮਹਾਂਪੁਰਸ਼ ਇਸ ਤਰ੍ਹਾਂ ਕਰਨੀ ਕਮਾਈ ਵਾਲੇ ਸਨ ਨਾਨਕ ਸਾਹਿਬ ਦੇ, ਪਰ ਬਾਬਾ ਜੀ ਦੀ ਜਿੰਨੀ ਵੱਡੀ ਸੇਵਾ, ਜਿੰਨਾ ਆ ਸਭ ਕੁਝ ਸਾਨੂੰ ਦੇਖਦੇ ਜਿੰਨਾ, ਇਹ ਬਾਬਾ ਜੀ ਦੇ ਠੱਲਿਆ ਹੋਇਆ। ਜਿੰਨੀ ਬਾਬਾ ਜੀ ਦੇ ਵਿਹੰਗਮ, ਜਿੰਨੀਆਂ ਠਾਠਾ, ਜਿੰਨੇ ਸਕੂਲ, ਜਿੰਨੇ ਕਾਲਜ, ਜਿੰਨੇ ਹੋਸਪਿਟਲ, ਕੁਝ ਵੀ ਬਾਬਾ ਕੁੰਦਨ ਸਿੰਘ ਜੀ ਨੇ ਮਿਹਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਬਣਾਇਆ, ਇਹ ਸਾਰੇ ਬਾਬਾ ਕੁੰਦਨ ਸਿੰਘ ਜੀ ਦਾ ਪ੍ਰਤਾਪ ਹੈ, ਉਹਨਾਂ ਦੀ ਨਾਮ ਬੰਦਗੀ ਦਾ ਹੈ। ਜੋ ਉਹਨਾਂ ਨੂੰ ਗੁਰੂ ਨਾਨਕ ਨੇ ਭੰਡਾਰ ਬਖਸ਼ਿਆ ਸੀ ਉਹ ਹੈ, ਸਾਡਿਆਂ ਕਿਸੇ ਦੀ ਕੋਈ ਕਮਾਈ ਨਹੀਂ, ਜੋ ਕੁਝ ਅਸੀਂ ਇੱਥੇ ਕਰ ਰਹੇ ਹਾਂ ਸਾਰੀ ਉਹਨਾਂ ਦੀ ਕਮਾਈ, ਸਾਡੇ ਵੱਡਿਆਂ ਦੀ, ਅਤੇ ਉਹਨਾਂ ਦੀ ਯਾਦ ਵਿੱਚ ਬੈਠੇ ਸਾਰੇ ਸੰਗੀ। ਬਾਬਾ ਜੀ ਫਿਰ ਜਦੋਂ ਬੱਸ ਤੋਰ ਲਈ ਅਤੇ ਜਗਰਾਓਂ ਹੀ ਲੰਘੇ ਆ, ਕੁਝ ਮੁੱਲਾਪੁਰ ਤੋਂ ਪਹਿਲੋਂ ਹੀ ਸੀ, ਬਾਬਾ ਜੀ ਨੇ ਕਹਿਣਾ ਸ਼ੁਰੂ ਕਰਤਾ ਨਾਨਕ ਸਰ, ਡਾਂਟ ਕੇ ਨਹੀਂ ਬਾਬਾ ਜੀ ਅਜੇ ਆਰਾਮ ਕਰਨਾ, ਹੋਸਪਿਟਲ ਜਾਣਾ। ਸੇਵਕ ਵੀ ਵਾਰ ਵਾਰ ਕਹਿੰਦੇ ਬਾਬਾ ਜੀ ਕਹਿੰਦੇ ਨਾਨਕ ਵਾਪਸ ਵਾਪਸ ਮੋੜੋ। ਇੱਧਰ ਸਾਰੇ ਰੋਂਦੇ ਪਏ ਨੇ ਕਿ ਬਾਬਾ ਜੀ ਮਾਘ ਦਾ ਮਹੀਨਾ ਹੈ, ਤੁਸੀਂ ਹੈ ਨਹੀਂ ਇੱਥੇ, ਸੰਗਤਾਂ ਐਵੇਂ ਮੁੜ ਜਾਂਦੀਆਂ ਨੇ ਕੀਰਤਨ ਸੁਣ ਕੇ ਦਰਸ਼ਨ ਕਰਕੇ, ਤੁਹਾਡੇ ਦਰਸ਼ਨ ਨਹੀਂ ਹੁੰਦੇ। ਬਾਬਾ ਜੀ ਨੇ ਫਿਰ ਉੱਥੋਂ ਬੱਸ ਮੋੜੀ ਰਾਹ 'ਚ, ਇੱਥੇ ਫਿਰ ਫੋਨ ਕਰਤਾ ਵੀ ਤਿਆਰੀ ਕਰੋ ਸਾਰੀ, ਇੱਥੇ ਤਿਆਰੀਆਂ ਹੋ ਗਈਆਂ। ਜਦੋਂ ਬਾਬਾ ਜੀ ਥੱਲੇ ਉੱਤਰ ਕੇ ਵੀਲਚੇਅਰ 'ਤੇ ਆਇਆ, ਸੰਤ ਭਜਨ ਸਿੰਘ ਜੀ ਭੁੱਬਾਂ ਮਾਰ ਕੇ ਰੋ ਪਏ, ਸਾਰੇ ਜਿੰਨੇ ਸੀ ਸਾਰੇ ਵੀ ਰੋ ਰਹੇ ਸੀ, ਪਰ ਬਾਬਾ ਜੀ ਉਸ ਤੋਂ ਵੱਧ ਬੈਰਾਗ ਵੀ ਸਨ। ਫਿਰ ਆਪਣੇ ਇੱਥੇ ਬਾਬਾ ਜੀ ਨੇ ਕਿਰਪਾ ਕੀਤੀ, ਕਹਿੰਦੇ ਨਹੀਂ ਇੱਥੇ ਜੰਮਣਾ ਹੋਵੇ ਮਰਨਾ ਹੋਵੇ ਕੁਝ ਹੋਵੇ, ਨਾਨਕ ਸਾਹਿਬ ਦੀ ਧਰਤੀ 'ਤੇ ਹੀ ਹੈ। ਅਤੇ ਧੰਨ ਬਾਬਾ ਕੁੰਦਨ ਸਿੰਘ ਜੀ, ਇੰਨੀ ਵੱਡੀ ਕਲਯੁੱਗ ਦੇ ਵਿੱਚ ਹੈ ਨਹੀਂ, ਕਲਯੁੱਗ ਵਿੱਚ ਇਹ ਚੀਜ਼ਾਂ ਨਹੀਂ ਲੱਭਦੀਆਂ, ਸਭ ਕੁਝ ਲੱਭ ਜਾਂਦਾ ਹੈ। ਅਤੇ ਬਾਬਾ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਤੁਹਾਡਾ ਸਰੀਰ ਬਾਹਰੋਂ ਕੋਈ ਵੀ ਸੀ, ਬਿਮਾਰ ਸੀ, ਢਿੱਲੇ ਸੀ, ਹੱਥ ਹਿਲਦੇ ਸੀ, ਪੈਰ ਹਿਲਦੇ ਸੀ, ਹੱਥ ਨਹੀਂ ਜੁੜਦੇ ਸੀ, ਖੜਿਆ ਨਹੀਂ ਜਾਂਦਾ ਸੀ, ਗੁਰਸਾਹਿਬ ਦਾ ਹੁਕਮਨਾਮਾ ਨਹੀਂ ਨਿਕਲਦਾ ਸੀ, ਆਵਾਜ਼ ਨਹੀਂ ਆਉਂਦੀ ਸੀ, ਤੁਰਿਆ ਨਹੀਂ ਜਾਂਦਾ ਸੀ, ਪਰ ਇਹ ਉਹੋ ਹੀ ਸਨ ਕਿ ਬਿਨਾਂ ਤੁਰੇ ਤੋਂ ਹੁਕਮਨਾਮਾ ਤੁਰਿਆ ਨਹੀਂ ਜਾਂਦਾ, ਆਉਂਦੇ ਨਹੀਂ, ਆਵਾਜ਼ ਨਹੀਂ ਨਿਕਲਦੀ, ਹੁਕਮਨਾਮਾ ਲੈਂਦੇ ਆ, ਖੜਿਆ ਨਹੀਂ ਜਾਂਦਾ, ਅਰਦਾਸ ਕਰਦੇ, ਹੱਥ ਨਹੀਂ ਜੁੜਦੇ,
ਅਰਦਾਸ ਕਰਦੇ ਹਾਂ। ਸਾਰੀਆਂ ਚੀਜ਼ਾਂ ਦਾ ਸਿਰਾ ਹੋ ਗਿਆ, ਜਬ ਲੱਗ ਵਿਕਲ ਪਈ ਨਹੀਂ ਬਾਣੀ ਭਜਲੇ ਰੇਮਣ ਸਾਰੰਗ ਪਾਣੀ, ਜਬ ਲੱਗ ਕਾਲ ਗ੍ਰਸੀ ਨਹੀਂ ਗਾਇਆ, ਜਬ ਲੱਗ ਜਰਾ ਰੋਗ ਨਹੀਂ ਆਇਆ। ਕਹਿੰਦੇ ਜਦੋਂ ਤੱਕ ਤੂੰ ਮਰ ਨਹੀਂ ਜਾਂਦਾ ਉਦੋਂ ਤੱਕ ਤੂੰ ਛੱਡ ਹੀ ਨਾ, ਇੰਨੀ ਗੁਰੂ ਦੇਵ ਤੇਰੀ ਬੰਦ ਆਵਾਜ਼ ਬੰਦ ਹੋ ਜੇ ਪਰ ਅੰਦਰ ਦਾ ਗਾਉਣ ਨਾ ਬੰਦ ਹੋ ਜੇ। ਉਹ ਬਾਬਾ ਜੀ ਸੀ, ਆਵਾਜ਼ ਬੰਦ ਹੋ ਗਈ ਪਰ ਅੰਦਰ ਦਾ ਗਾਉਣ ਨਹੀਂ ਬੰਦ ਹੋਇਆ। ਹੌਸਪੀਟਲ ਦੇ ਵਿੱਚ ਹੁਕਮਨਾਮਾ ਹੀ ਲਈ ਜਾ ਰਹੇ ਨੇ, ਵਾਰ ਵਾਰ ਭੋਗ ਹੀ ਲਵਾਈ ਜਾ ਰਹੇ ਨੇ, ਪੜਦਾ ਕਰਦੇ ਹੋ ਥਾਲ ਲਾ ਗਏ, ਹੁਕਮਨਾਮਾ ਹੀ ਪੜੀ ਜਾਂਦੇ ਆ। ਸਾਰਿਆਂ ਨੇ ਵੇਖਿਆ ਕਿੰਨੀ ਕਿੰਨੀ ਵਾਰੀ ਧੁੱਪੇ ਬੈਠ ਜਾਂਦੇ, ਐਂਡ ਕੱਲ੍ਹ ਵਾ ਕੇ ਉੱਪਰ ਲਿਜਾਈ ਗਏ ਸੀ ਜਦੋਂ, ਅਤੇ ਹੁਕਮਨਾਮਾ ਹੀ ਪੜੀ ਜਾਂਦੇ। ਅਖੀਰਲੇ ਸਮਾਂ ਬਾਬਾ ਜੀ ਫਿਰ ਕਾਫੀ ਸਮਾਂ ਸਮਾਧੀ ਵਿੱਚ ਲੀਨ ਰਹੇ, ਅਤੇ ਹੁਣ ਸਮਾਣੀ ਦਾਸ ਨੇ ਜਾਣਾ, ਇੱਥੇ ਸਮਾਪਤੀ ਕਰਦੇ ਹਾਂ। ਤੁਸੀਂ ਕੋਈ ਲਾਉਣਾ ਦੋ ਚਾਰ ਮਿੰਟ ਲਾ ਲਓ, ਫਿਰ ਚਾਰ ਵਜੇ ਕੀਰਤਨ ਸ਼ੁਰੂ ਹੋ ਜਾਏਗਾ ਸਾਰੀ ਵਾਰ ਦਾ। ਬਾਬਾ ਜਿੰਦੂ ਜੀ ਨਾਂ ਲਾ ਲੈਣਗੇ, ਮੈਂ ਤਾਂ ਕਿਹਾ ਸੀ ਮੈਂ ਵਿੱਚੋਂ ਨਿਕਲ ਜਾਣਾ, ਅਤੇ ਤੁਸੀਂ ਹੁਣ ਥੋੜ੍ਹਾ ਇੰਤਜ਼ਾਰ ਕਰੋ। ਇਹਨਾਂ ਨੂੰ ਬਾਬਾ ਜੀ ਦੇ ਕਾਫੀ ਬਚਨ ਯਾਦ ਨੇ, ਕਿਉਂਕਿ ਕੋਲ ਰਹੇ। ਜਿਹੜਾ ਥੋੜ੍ਹਾ ਜਿਹਾ ਗਿਆਨੀ ਆਦਮੀ ਹੁੰਦਾ ਉਹ ਹਰ ਚੀਜ਼ ਨੂੰ ਡੰਗਾਈ ਨਾਲ ਜਾਂਦਾ, ਸੋਚਦਾ ਜਿਵੇਂ ਅਸੀਂ ਸੰਤ ਗੁਰਮੇ ਸੁਣੀ, ਸੰਤ ਭਜਨ ਸੁਣੀ, ਬਾਬਾ ਜੀ ਦੇ ਦਰਸ਼ਨ ਕਰਨ ਆਏ, ਬਾਬਾ ਜੀ ਉਰਲੀਆਂ ਪਰਲੀਆਂ ਗੱਲਾਂ ਕਰੀ ਜਾਣ, ਉਹ ਕਿਸੇ ਗੱਲ ਦਾ ਪਤਾ ਨਹੀਂ ਕਿ ਕਿਹੜੀ ਗੱਲ ਦਾ ਮੋਢੇ ਕਿਹੜਾ, ਜਿਵੇਂ ਬੰਦਾ ਕਿਸੇ ਦਾ ਨਾ ਟੈਨਸ਼ਨ ਨਾਲ ਦਿਮਾਗ ਖਰਾਬ ਹੋ ਜਾਵੇ ਉਹ ਗੱਲਾਂ ਐਵੇਂ ਕਰਦਾ। ਸੰਤ ਭਜਨ ਸਿੰਘ ਨੇ ਜਦੋਂ ਇਹ ਹਾਲ ਇੱਕ ਵੇਖਿਆ ਨਾ, ਸੰਤ ਭਜਨ ਸਿੰਘ ਭੁੱਬਾ ਮਾਰ ਕੇ ਰੋ ਪਏ ਕਿ ਬਾਬਾ ਜੀ ਤੁਸੀਂ ਸਾਨੂੰ ਛੱਡ ਕੇ ਜਾ ਰਹੇ ਜੀ। ਕਹਿੰਦੇ ਇਹ ਅਵਸਥਾ ਛੇਵੇਂ ਪਾਤਸ਼ਾਹ ਦੀ ਵੀ ਹੋਈ ਸੀ, ਇਹ ਅਵਸਥਾ ਗੁਰੂ ਨਾਨਕ ਸਾਹਿਬ ਦੀ ਵੀ ਹੋਈ ਸੀ, ਇਹ ਅਵਸਥਾ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਵੀ ਆ ਗਏ ਸੀ ਅਖੀਰਲੇ ਸਮੇਂ 'ਚ, ਬਾਬਾ ਮੀਆਂ ਸਿੰਘ ਜੀ ਵੀ ਆ ਗਏ ਸੀ, ਬੜੂੰਦੀ ਵਾਲੇ ਸੰਤ ਵੀ ਇਸ ਅਵਸਥਾ 'ਚ ਹੋ ਗਏ ਸੀ। ਇਹ ਅਵਸਥਾ ਬਾਬਾ ਕੁੰਦਨ ਸਿੰਘ ਮਹਾਰਾਜ ਜੀ ਦੀ ਜਿਹੜੀ ਹੁਣ ਸ਼ੁਰੂ ਹੋ ਗਈ ਨਾ, ਕਿ ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰੀ ਜਾ ਰਹੇ ਨੇ ਪਰ ਕਿਸੇ ਦੀ ਕੋਈ ਮੂਲ ਮੋਢਕ ਪਤਾ ਨਹੀਂ ਲੱਗ ਰਿਹਾ। ਇਹ ਹੁਣ ਇਹਨਾਂ ਦੇ ਕੌਤਕੇ ਹੀ ਜਾਣਦੇ ਆ, ਪਰ ਬਾਬਾ ਜੀ ਸਾਨੂੰ ਛੱਡ ਕੇ ਨਾ ਜਾਇਓ। ਆਹ ਸਮਾਂ ਬਾਬਾ ਜੀ ਕਹਿੰਦੇ ਸੀ ਜਦੋਂ ਆਏ ਉਦੋਂ ਦਿਨ ਥੋੜ੍ਹੇ ਹੀ ਹੁੰਦੇ। ਇੱਕ ਲੁਧਿਆਣੇ ਦਾ ਡਾਕਟਰ ਆਇਆ, ਆਪੋ ਆਪਣੀ ਅਵਸਥਾ, ਉਹਨੇ ਸੁਣਿਆ ਕਿ ਬਾਬਾ ਜੀ ਇਸ ਤਰ੍ਹਾਂ ਗੱਲਾਂ ਕਰ ਰਹੇ ਨੇ, ਇਹ ਕਦੋਂ ਤੋਂ ਹੋਇਆ, ਇਹ ਕਿਵੇਂ ਹੋਇਆ। ਉਹ ਫਿਰ ਇਸ ਦਿਮਾਗ ਨਾਲ ਸੋਚਣ ਲੱਗ ਪਏ, ਬਾਬਾ ਜੀ ਦਾ ਦਿਮਾਗ ਜਿਹੜਾ ਹਿੱਲ ਗਿਆ, ਗੜਬੜ ਹੋ ਗਈ ਹੈ, ਬੋਝ ਪੈ ਗਿਆ ਸਾਰੀਆਂ ਗੱਲਾਂ ਦਾ। ਉਹ ਇਸ ਹਿਸਾਬ ਨਾਲ ਸੋਚ ਰਿਹਾ ਸੀ, ਹਰ ਆਦਮੀ ਆਪਣੇ ਆਪਣੇ ਪੱਖ ਨਾਲ ਬਾਬਾ ਜੀ ਦੇਖਦਾ ਸੀ। ਕਈ ਉਹਨਾਂ ਦੇ ਇਹੋ ਜਿਹੇ ਬਚਨ ਜਿਹੜੇ ਉਹਨੂੰ ਚੁਣ ਲੈਂਦਾ ਸੀ, ਇਹ ਵਾਕਈ ਮੇਰੇ ਲਈ ਸੱਤ ਹੋ ਗਏ, ਜਿਹੜੀ ਉਹ ਮੌਜਾਂ ਕਰ ਰਹੇ ਸੀ, ਚੋਜ ਕਰ ਰਹੇ ਸੀ ਉਹਨਾਂ ਦੀ ਸੀ। ਗੁਰੂਆਂ ਪੀਰਾਂ ਦੀ ਸਮਝ ਨਹੀਂ ਹੁੰਦੀ। ਬਾਬਾ ਕੁੰਦਨ ਸਿੰਘ ਜੀ ਸਿਰ 'ਤੇ ਹੱਥ ਰੱਖਣ, ਆਪਣੀ ਸੇਵਾ ਲੈਣ, ਗੁਣਾਹ ਬਖਸ਼ਣ। ਹੁਣ ਸਫ਼ਰ ਵਿੱਚ ਜਾਣਾ, ਦਾਸ ਨੇ ਇੰਗਲੈਂਡ ਜਾਣਾ, ਸਾਰੀ ਸੰਗਤ ਇੱਥੇ ਹੱਥ ਰੱਖਿਓ, ਬਾਬਾ ਜੀ ਵੀ ਹੱਥ ਰੱਖਣ, ਅਤੇ ਆਪਦੇ ਮਾੜਾ ਜਿਹਾ ਗੇੜਾ ਲਾ ਕੇ ਫਿਰ ਤੁਹਾਡੇ ਚਰਨਾਂ 'ਚ
ਮੈਨੂੰ ਇੰਗਲੈਂਡ ਜਾਣ 'ਤੇ ਇਹ ਲੱਗ ਰਿਹਾ ਕਿ ਮੈਂ ਆਪਣੇ ਇੱਥੋਂ ਵਾਲੇ ਸਾਰੇ ਪਿਆਰ ਵਾਲੇ ਪਰਿਵਾਰ ਤੋਂ ਮੈਂ ਦੂਰ ਜਾ ਰਿਹਾ। ਥੋੜ੍ਹਾ ਥੋੜ੍ਹਾ ਮੈਨੂੰ ਚਾਅ ਵੀ ਹੁੰਦਾ ਜਾਣ ਦਾ, ਜਿਵੇਂ ਕੁੜੀ ਡੋਲੀ 'ਚ ਪੈਂਦੀ ਚਾਅ ਵੀ ਹੁੰਦਾ ਹੈ ਕਿ ਮੈਂ ਆਪਣਾ ਮੇਰਾ ਘਰ ਬਣ ਰਿਹਾ ਹੈ, ਅਤੇ ਰੋਣਾ ਵੀ ਆਉਂਦਾ ਹੈ ਕਿ ਵਿਛੋੜਾ ਪੈ ਰਿਹਾ। ਜਿੱਥੇ ਜੀਵਨ ਲਾਇਆ ਪਾਲਿਆ ਪੋਸਿਆ ਉਹਨਾਂ ਦਾ ਰੋਣਾ ਆਉਂਦਾ ਹੈ, ਨਵੇਂ ਪਰਿਵਾਰ ਦਾ ਉਹਨੂੰ ਚਾਅ ਚੜ੍ਹਦਾ, ਉਹਨੂੰ ਸਾਨੂੰ ਚਾਅ ਵੀ ਹੈ ਅਤੇ ਰੋਣਾ ਵੀ ਹੈ। ਗੁਰਸਾਹਿਬ ਅੰਗ ਸੰਗ ਸਾਈ ਰਹਿਣ, ਧੰਨ ਗੁਰੂ ਨਾਨਕ। ਕਦਮਾਂ ਦੇ ਨਾਲ ਅੱਜ ਲਾ ਲੈ ਨਾ ਕਰੀ ਸਾਨੂੰ ਵੱਖ ਬਾਬਾ, ਕਦਮਾਂ ਦੇ ਨਾਲ ਅੱਜ ਲਾ ਲੈ ਨਾ ਕਰੀ ਸਾਨੂੰ ਵੱਖ ਬਾਬਾ, ਮੈਂ ਲੜ ਲੱਗਿਆ ਤੇ ਤੂੰ ਲਾ ਜਾ ਰੱਖ ਬਾਬਾ, ਮੈਂ ਲੜ ਕਦਮਾਂ ਦੇ ਨਾਲ ਅੱਜ ਲਾ ਲੈ, ਕਦਮਾਂ ਦੇ ਨਾਲ ਅੱਜ ਲਾ ਲੈ ਨਾ ਕਰੀ ਸਾਨੂੰ ਵੱਖ ਬਾਬਾ, ਮੈਂ ਲੜ ਲੱਗਿਆ ਤੇਰੇ ਤੂੰ ਲਾ ਜਾ ਰੱਖ ਬਾਬਾ, ਮੈਂ ਲੜ ਲੱਗਿਆ ਤੇਰੇ ਲਾ ਜਾ ਰੱਖ ਬਾਬਾ, ਕਦਮਾਂ ਦੇ ਨਾਲ ਮੈਂ ਭੁੱਲਿਆ ਤੂੰ
ਵੇਖੇ ਕੋਈ ਅੱਖ ਬਾਬਾ ਲੜ ਲੱਗਿਆ ਤੇਰੇ ਬਾਬਾ ਮੈਂ ਲੜ ਲੱਗਿਆ।